ਤੁਸੀਂ ਸਿੱਧੂ ਵਾਲੀਆਂ ਸਾਰੀਆਂ ਸਟੋਰੀਜ਼ ਚੱਕੋ ਜਿਹੜੀਆਂ ਡੇਲੀ ਪੋਸਟ ਦੇ ਉੱਤੇ ਹੋਈਆਂ ਮੈਂ ਤਾਂ ਹਾਲਾਕਿ ਪਰਸਨਲੀ ਕੀਤੀਆਂ ਵੀ ਨਹੀਂ ਗਈਆਂ ਮੈਂ ਤਾਂ ਉਹਦੇ ਬਾਰੇ ਪੋਸਟ ਜਿਹੜੀ ਕੀਤੀ ਹੈ ਉਹ ਪਾਕਿਸਤਾਨ ਚ ਜਾ ਕੇ ਕੀਤੀ ਸੀ ਜਿਹਦੇ ਖਿਲਾਫ ਉਹਨੇ ਇੰਸਟਾ ਤੇ ਲਿਖਿਆ ਉਸ ਬੰਦੇ ਨੇ ਇੰਸਟਾ ਤੇ ਪਾਇਆ ਛਿੱਟੇ ਮਾਰਦੇ ਆ ਜੀ ਫਲਾਨਾ ਕਰਦੇ ਆ ਜੀ ਇਹ ਬੜੀ ਘੱਟ ਲਿਆਕਤ ਤੇ ਬਚਪਨੇ ਵਾਲੀਆਂ ਗੱਲਾਂ ਹੁੰਦੀਆਂ ਆ ਆਪਦੇ ਜਵਾਈ ਨੂੰ ਆ ਕਰਤਾ ਪਣਵਾਈਏ ਨੂੰ ਐ ਕਰਤਾ ਫਲਾਨਾ ਕਰਤਾ ਤਾਂ ਇਹ ਥੋੜੀ ਅ ਇਹ ਤੁਹਾਡੀ ਘੱਟ ਲਿਆਕਤ ਤੁਹਾਡੇ ਤੁਹਾਡੀ ਖਾਨਦਾਨੀ ਤੁਹਾਡੇ ਪਰਿਵਾਰਕ ਪਿਛੋਕੜ ਨੂੰ ਦੱਸਦੀਆਂ ਇਹ ਚੀਜ਼ਾਂ ਕਿ ਤੁਸੀਂ ਕਿਹੋ ਜਿਹੇ ਪਰਿਵਾਰ ਤੇ ਲਿਖਿਆ ਉਮਰਾ ਨੰਗਲ ਵਾਲੇ ਮੇਲੇ ਦੀ ਉਹਦੀ ਵੀਡੀਓ ਚੱਕ ਕੇ ਦੇਖੋ ਕਿ ਉਹ ਬੰਦੇ ਦੇ ਪੈਗ ਲੱਗੇ ਕਿ ਨਹੀਂ ਲੱਗੇ ਹੋਏ ਮੈਂ ਬੋਲਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੰਪੋਰਟੈਂਟ ਕੁਝ ਗੱਲ ਇਸ ਕਰਕੇ ਕਰਨੀ ਪਈ ਹੈ ਕਿ ਚਾਰ ਪੰਜ ਦਿਨਾਂ ਤੋਂ ਨਾ ਲਗਾਤਾਰ ਬਹੁਤ ਸਾਰੇ ਲੋਕ ਆਈ ਡੀਜ਼ ਦੇ ਉੱਤੇ ਪਾ ਰਹੇ ਆ ਬੜੇ ਲੋਕਾਂ ਨੇ ਮੈਨੂੰ ਮੈਸੇਜ ਕੀਤਾ ਬਹੁਤ ਸਾਰੇ ਕਾਲਸ ਆਈਆਂ ਪੋਲਿਟਿਸ਼ੀਅਨਸ ਦੀਆਂ ਕੁਝ ਕਲਾਕਾਰ ਸਾਥੀਆਂ ਦੀਆਂ ਕਿ ਇੱਕ ਕਿਸੇ ਮੂਰਖ ਨੇ ਕਿਸੇ ਬੇਵਕੂਫ ਇਨਸਾਨ ਨੇ ਕਿਸੇ ਜੈਲਸ ਕਹਿ ਸਕਦਾ ਮੈਂ ਤਾਂ ਹਨਾ ਜੈਲਸ ਇਨਸਾਨ ਨੇ ਜਾਂ ਮੂਰਖ ਇਨਸਾਨ ਨੇ ਇੱਕ ਮੈਸੇਜ ਜੈ ਵਾਇਰਲ ਕਰਤਾ ਕਿ ਮੈਂ ਦਿੱਲੀ ਪੋਸਟ ਛੱਡ ਦਿੱਤਾ ਹਾਲਾਂਕਿ ਉਹਨੇ ਲਿਖਿਆ ਕਿ ਮੱਕੜ ਨੂੰ ਬੜੀ ਵਧੀਆ ਲੱਗੀ ਉਹਨੂੰ ਟਾਈਟਲ ਜਿਹਾ ਕਿ ਮੱਕੜ ਨੂੰ ਡੇਲੀ ਪੋਸਟ ਤੋਂ ਕੱਢ ਦਿੱਤਾ ਗਿਆ ਤੇ ਉਹ ਪਹਿਲੇ ਦਿਨ ਜਦੋਂ ਮੈਂ ਦੇਖਿਆ ਤਾਂ ਮੈਂ ਬਹੁਤਾ ਰਿਐਕਟ ਨਹੀਂ ਕੀਤਾ ਮੈਂ ਕਿਹਾ ਬਹੁਤ ਸਾਰੇ ਲੋਕ ਐ ਹੋਜੀ ਬਕਵਾਸ ਜਿਹੜੇ ਕਰਦੇ ਰਹਿੰਦੇ ਆ ਤਾਂ ਮੈਨੂੰ ਫਰਕ ਨਹੀਂ ਪਿਆ ਉਸ ਕੱਲ ਦੇ ਨਾਲ ਮੈਂ ਰਿਐਕਟ ਨਹੀਂ ਕੀਤਾ ਨਹੀਂ ਰੋ ਨਹੀਂ ਰਿਹਾ ਭਾਈ ਜੀ ਮੇਰੇ ਨਾ ਥੋੜੇ ਮੈਂ ਢਿੱਲਾ ਸੀਗਾ ਤਾਂ ਸਵੇਰ ਤੋਂ ਰੋ ਨਹੀਂ ਰਿਹਾ ਮੈਂ ਆਕਾਸ਼ ਸ਼ਰਮਾ ਭਾਈ ਲਿਖੀ ਜਾਂਦੇ ਰੋ ਰਿਓ ਉਹ ਮੈਂ ਦਰਅਸਲ ਮੇਰਾ ਥੋੜੀ ਜਾੜ ਦੀ ਮੈਂ ਥੋੜੀ ਟ੍ਰੀਟਮੈਂਟ ਕਰਾਇਆ ਸੀ ਤਾਂ ਉਹ ਮੂੰਹ ਸੁੱਜਿਆ ਜਾ ਪਿਆ ਉਹਦੇ ਕਰਕੇ ਤੇ ਉਹ ਸਾਰਾ ਦਿਨ ਉਵੇਂ ਹੀ ਲੰਘ ਗਿਆ ਬੋਲਿਆ ਵੀ ਨਹੀਂ ਜਾ ਰਿਹਾ ਸੀ ਮੈਨੂੰ ਤਾਂ ਕਰਕੇ ਲੇਕਿਨ ਇੰਪੋਰਟੈਂਟ ਸੀਗਾ ਮੇਰੇ ਵਾਸਤੇ ਆ ਕੇ ਲਾਈਵ ਅੱਜ ਹੋਣਾ ਇਸ ਕਰਕੇ ਕਿ ਕੁਝ ਮੂਰਖਾਂ ਨੇ ਇੱਕ ਮੈਸੇਜ ਪਾਇਆ ਕਿ ਡੇਲੀ ਪੋਸਟ ਛੱਡ ਦੁੱਤਾ ਔਰ ਉਹ ਸਰਾਸਰ ਗਲਤ ਹੈ ਜੀ ਉਹ ਸਰਾਸਰ ਮੂਰਖਤਾ ਬੇਵਕੂਫੀ ਹੈ ਜਿਨੇ ਵੀ ਪਾਇਆ ਆਈ ਐਮ ਵੈਲ ਐਂਡ ਟਰੂਲੀ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਤੇ ਹਾਂਜੀ ਸਾਇਲ ਵੀਰੇ ਉਹੀ ਜੋ ਵੀ ਹੁੰਦਾ ਤੇ ਪਾਜੀ ਕਿਤੇ ਪੈਗ ਤਾਂ ਨਹੀਂ ਲੱਗੇ ਬਾਈ ਜੀ ਦਫਤਰ 'ਚ ਬੈਠਾ ਇਹੋ ਜੀ ਮੂਰਖਾ ਵਾਲੀਆਂ ਗੱਲਾਂ ਕਿਉਂ ਕਰਦੇ ਹੁੰਨੇ ਹੋ ਦੀਪ ਬਰਾੜ ਮਣੀ ਮੋਟੀ ਕੋਈ ਥੋੜੀ ਜਿਹੀ ਲਿਆਕਤ ਵਾਲੀ ਗੱਲ ਜਦੋਂ ਕਮੈਂਟ ਪਾਉਣੇ ਹੁੰਨੇ ਹੋ ਨਾ ਥੋੜਾ ਜਿਹਾ ਸੋਚਿਆ ਕਰੋ ਅੱਜ ਮੈਂ ਇਸੇ ਦੇ ਉੱਤੇ ਹੀ ਥੋੜੀਆਂ ਜੀਆਂ ਗੱਲਾਂ ਕਰਨੀਆਂ ਥੋੜੀਆਂ ਜਿਹੀ ਇਸੇ ਦੇ ਉੱਤੇ ਗੱਲਾਂ ਕਰਨੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਜਿਹੜੇ ਮੂਰਖ ਨੇ ਮੈਸੇਜ ਪਾਇਆ ਕਿ ਛੱਡ ਦਿੱਤਾ ਜਾਂ ਕੱਢ ਦਿੱਤਾ ਹਨਾ ਇਹੋ ਜੀਆਂ ਗੱਲਾਂ ਕੀਤੀਆਂ ਕਿ ਕੱਢ ਦਿੱਤਾ ਜਾਂ ਛੱਡ ਦਿੱਤਾ ਜੋ ਵੀ ਤੁਸੀਂ ਪਾ ਰਹੇ ਹੋ ਤਾਂ ਮੈਨੂੰ ਪਹਿਲੇ 2-4 ਦਿਨ ਤਾਂ ਲੱਗਿਆ ਵੀ ਇਹਦੇ ਤੇ ਰਿਐਕਟ ਨਹੀਂ ਕਰਨਾ ਚਾਹੀਦਾ ਕਿ ਬਹੁਤ ਸਾਰੇ ਮੂਰਖ ਲੋਕ ਇਹੋ ਜੇ ਪਾਉਂਦੇ ਰਹਿੰਦੇ ਆ ਚੀਜ਼ਾਂ ਤਾਂ ਮੈਂ ਉਹਦੇ ਤੇ ਕੋਈ ਰਿਐਕਟ ਨਹੀਂ ਕੀਤਾ ਸਿਕਾ ਫਿਰ ਉਹ ਚੀਜ਼ ਕੀ ਹੋਇਆ ਕਿ ਫਿਰ ਉਹ ਪੋਲੀਟੀਕਲ ਲੌਬੀ ਚ ਗਈ ਫਿਰ ਜਰਨਲਿਸਟਿਕ ਲੌਬੀ ਦੇ ਵਿੱਚ ਗੱਲ ਗਈ ਫਿਰ ਬਹੁਤ ਸਾਰੇ ਫੋਨਸ ਆਏ ਬਹੁਤ ਸਾਰੇ ਚੱਕਰ ਮਲਕੀਸ਼ ਸਿੰਘ ਚਾਲ ਸਾਹਿਬ ਸਿੱਧੂ ਵਾਲੀ ਵੀ ਗੱਲ ਕਰੂੰਗਾ ਜਉਦੇ ਤੇ ਵੀ ਮੈਂ ਬਾਅਦ ਦੇ ਵਿੱਚ ਹੁਣਾਂ ਪਹਿਲਾਂ ਇੰਪੋਰਟੈਂਟ ਗੱਲ ਕਰ ਲਾਂ ਤੇ ਇਹ ਬਿਲਕੁਲ ਬਕਵਾਸ ਹੈ ਝੂਠ ਹੈ ਨਾ ਹੀ ਮੈਂ ਡੇਲੀ ਪੋਸਟ ਛੱਡਿਆ ਤੇ ਨਾ ਹੀ ਮੈਂ ਡੇਲੀ ਪੋਸਟ ਚੋਂ ਕੱਢਿਆ ਗਿਆ ਇਹ ادارے ਦੇ ਡੇ 1 ਤੋਂ ਜਿਸ ਦਿਨ ਡੇਲੀ ਪੋਸਟ ਪੰਜਾਬੀ ਸ਼ੁਰੂ ਕੀਤਾ ਗਿਆ ਸੀ ਉਸ ਦਿਨ ਤੋਂ ਪਹਿਲੇ ਕੰਪਿਊਟਰ ਨੂੰ ਸੈਟ ਅਪ ਕਰਨ ਤੋਂ ਲੈ ਕੇ ਹੁਣ ਤੱਕ ਮੈਂ ਇਸ ਆਰਗੇਨਾਈਜੇਸ਼ਨ ਦਾ ਜਿਵੇਂ ਕਸ਼ਮੀਰ ਭਾਰਤ ਦਾ ਨਿਖੜਵੰਗ ਕਹਿੰਦੇ ਆ ਨਾ ਆਪਾਂ ਉਵੇਂ ਮੈਂ ਉਹੀ ਨਿਖੜਵੰਗ ਆ ਹਾਂ ਕਿਉਂਕਿ ਮੈਂ ਬਹੁਤ ਇੰਡੀਪੈਂਡੈਂਟਲੀ ਹਮੇਸ਼ਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੇ ਕਦੇ ਐਥਿਕਸ ਦੇ ਉੱਤੇ ਕੰਪਰੋਮਾਈਜ਼ ਨਹੀਂ ਕੀਤਾ ਤਾਂ ਹੋ ਸਕਦਾ ਹੈ ਕਿ ਕਦੇ ਕਦਾਈ ਕੋਈ ਆਵਾਦ ਵਿਵਾਦ ਰਹਿੰਦੇ ਹੋਣ ਪਰ ਮੈਂ ਮੇਰੇ ادارے ਨੇ ਮੇਰੇ ਐਡੀਟਰ ਸਾਹਿਬ ਨੇ ਮਿਸਟਰ ਰਾਜੀਦੀਪ ਸਿੰਘ ਉਹਨਾਂ ਨੇ ਮਿਸਟਰ ਪ੍ਰਵੀਨ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਔਰ ਉਹ ਹਮੇਸ਼ਾ ਮੇਰੇ ਨਾਲ ਖੜੇ ਨੇ ਜਦੋਂ ਜਦੋਂ ਵੀ ਕਦੇ ਕਦੇ ਵੀ ਕੋਈ ਗੱਲ ਆਈ ਹੈ ਕੋਈ ਮੁਸੀਬਤ ਪਈ ਹੈ ਕਦੇ ਕੋਈ ਬਹੁਤ ਸਾਰੀਆਂ ਖਬਰਾਂ ਨੂੰ ਲੈ ਕੇ ਕਈ ਵਾਰੀ ਲੋਕ ਕਿਉਂਕਿ ਜਦੋਂ ਤੁਸੀਂ ਖਬਰ ਕਰਦੇ ਹੋ ਨਾ ਤਾਂ ਜਿਹਦੇ ਜਿਹਦੇ ਬਾਰੇ ਗੱਲ ਹੋ ਰਹੀ ਹੈ ਉਹ ਲਾਈਕ ਨਹੀਂ ਕਰਦਾ ਸਿਮਿਲਰਲੀ ਜਿਵੇਂ ਸਿੱਧੂ ਮੂਸੇ ਵਾਲੇ ਦਾ ਇਸ਼ੂ ਹੋਇਆ ਕਈਆਂ ਨੇ ਕਿਹਾ ਕਿ ਸਿੱਧੂ ਨੇ ਆਹ ਫਿਰ ਲੋਕ ਥੱਲੇ ਨਾ ਜਿਹੜੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਦੇ ਘਰਾਂ ਤੋਂ ਬਾਹਰ ਆਪਦੇ ਜਿਹਨੇ ਕਦੇ ਕੀੜਾ ਵੀ ਨਹੀਂ ਮਾਰਿਆ ਹੁੰਦਾ ਉਹ ਬੰਦੇ ਵੀ ਉੱਠ ਉੱਠ ਕੇ ਤੁਹਾਡੇ ਬਾਰੇ ਇਸ ਤਰ੍ਹਾਂ ਬੋਲਣ ਬੋਲਣ ਲੱਗੇ ਨੇ ਜਿਨ੍ਹਾਂ ਨੂੰ ਗੱਲ ਦਾ ਨਾ ਪਤਾ ਹੁੰਦਾ ਹੈ ਨਾ ਲੈਣਾ ਨਾ ਦੇਣਾ ਕੁਝ ਵੀ ਨਹੀਂ ਪਤਾ ਹੁੰਦਾ ਤੁਸੀਂ ਸਿੱਧੂ ਵਾਲੀਆਂ ਸਾਰੀਆਂ ਸਟੋਰੀਜ਼ ਚੱਕੋ ਜਿਹੜੀਆਂ ਡੇਲੀ ਪੋਸਟ ਦੇ ਉੱਤੇ ਹੋਈਆਂ ਮੈਂ ਤਾਂ ਹਾਲਾਕਿ ਪਰਸਨਲੀ ਕੀਤੀਆਂ ਵੀ ਨਹੀਂ ਗਈਆਂ ਮੈਂ ਤਾਂ ਉਹਦੇ ਬਾਰੇ ਪੋਸਟ ਜਿਹੜੀ ਕੀਤੀ ਹੈ ਉਹ ਪਾਕਿਸਤਾਨ ਚ ਜਾ ਕੇ ਕੀਤੀ ਸੀ ਜਿਹਦੇ ਖਿਲਾਫ ਉਹਨੇ ਇਨਸਟਾ ਤੇ ਲਿਖਿਆ ਉਸ ਬੰਦੇ ਨੇ ਇਨਸਟਾ ਤੇ ਪਾਇਆ ਛਿੱਟੇ ਮਾਰਦੇ ਆ ਜੀ ਫਲਾਨਾ ਕਰਦੇ ਆ ਜੀ ਇਹ ਬੜੀ ਘੱਟ ਯੋਗਤਾ ਤੇ ਬਚਪਨੇ ਵਾਲੀਆਂ ਗੱਲਾਂ ਹੁੰਦੀਆਂ ਹਨਾ ਤੁਸੀਂ ਜਦੋਂ ਹਾਲਾ ਕਿ ਮੇਰੀ ਤੇ ਉਹਦੀ ਏਜ ਆਲਮੋਸਟ ਸਿਮਿਲਰ ਹੋ ਮੈਂ 30 ਸਾਲ ਦਾ ਤੇ ਯੂਨੀਵਰਸਿਟੀਆਂ ਚ ਪੜ ਕੇ ਤੇ ਐਨੇ-ਐਨੀਆਂ ਡਿਗਰੀਆਂ ਹਾਸਲ ਕਰਕੇ ਤੁਸੀਂ ਅਦਬੀ ਲੋਕਾਂ ਦੇ ਵਿੱਚ ਰਹਿ ਕੇ ਤੇ ਜੇ ਹੁਣ ਅੱਗੋਂ ਆ ਕੇ ਕੋਈ ਆਪਦੇ ਜਵਾਈ ਨੂੰ ਆਹ ਕਰਤਾ ਪਣਵਾਈਏ ਨੂੰ ਐ ਕਰਤਾ ਫਲਾਨਾ ਕਰਤਾ ਤਾਂ ਇਹ ਤੁਹਾਡੀ ਇਹ ਤੁਹਾਡੀ ਘੱਟ ਲਿਆਕਤ ਤੁਹਾਡੇ ਤੁਹਾਡੀ ਖਾਨਦਾਨੀ ਤੁਹਾਡੇ ਪਰਿਵਾਰਕ ਪਿਛੋਕੜ ਨੂੰ ਦੱਸਦੀਆਂ ਇਹ ਚੀਜ਼ਾਂ ਕਿ ਤੁਸੀਂ ਕਿਹੋ ਜਿਹੇ ਪਰਿਵਾਰਕ ਪਿਛੋਕੜ ਦੇ ਬੰਦੇ ਹੋ ਕਿ ਤੁਹਾਡਾ ਤੁਹਾਡੀ ਲਿਆਕਤ ਕਿੰਨੀ ਕ ਹੈ ਅਦਾਰੇ ਜਾਂ ਮੀਡੀਆ ਜਿਹੜਾ ਹੁੰਦਾ ਉਹ ਉਸੇ ਬੰਦੇ ਦੀ ਗੱਲ ਕਰਦਾ ਜਿਹਦੀ ਜੀਲੀ ਸਮਾਜ ਦੇ ਵਿੱਚ ਕੋਈ ਇੰਪੈਕਟ ਹੋ ਰਿਹਾ ਹੁੰਦਾ ਹੈ ਹਨਾ ਜੇ ਸਿੱਧੂ ਦੀਆਂ 10 ਖਬਰਾਂ ਲੱਗਦੀਆਂ ਜੇ 4 ਜਾਂ 3 ਕੋਈ ਇਹੋ ਜਿਹੀਆਂ ਵੀ ਲੱਗ ਜਾਂਦੀਆਂ ਜੋ ਉਹ ਨੂੰ ਨਹੀਂ ਲਾਈਕ ਕਰਦੀਆਂ ਤਾਂ ਬਹੁਤ ਸਾਰੇ ਲੋਕਾਂ ਦੀਆਂ ਲੱਗਦੀਆਂ ਮੈਂ ਮੇਰੇ ਵਰਗਾ ਬੰਦਾ ਜਿਹੜਾ ਕੁਝ ਵੀ ਨਹੀਂਗਾ ਸਿੱਧੂ ਦਾ ਸਿੱਧੂ ਹੈ ਤੇ ਮੇਰੇ ਵਰਗਾ ਬੰਦਾ ਜਿਹੜਾ ਕੁਝ ਵੀ ਨਹੀਂਗਾ ਕੱਲ ਇੱਕ ਇੰਟਰਵਿਊ ਜਸਵਿੰਦਰ ਬਰਾੜ ਜੀ ਦੀ ਮੈਂ ਲੈ ਰਿਹਾ ਸੀ ਜਸਵਿੰਦਰ ਬਰਾੜ ਦੀ ਇੰਟਰਵਿਊ ਦੇ ਵਿੱਚ ਨਾ ਲਾਸਟ ਦੇ ਉੱਤੇ ਬਿਲਕੁਲ ਐਂਡ ਦੇ ਵਿੱਚ ਮੈਂ ਇਹ ਗੱਲ ਬੋਲੀ ਕਿ ਚਲੋ ਅਸੀਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਤੁਹਾਡਾ ਸਿੱਧੂ ਨਾਲ ਗੀਤ ਆਵੇ ਅਸੀਂ ਉਹਦੀ ਵੀ ਚੰਗੀ ਕਾਮਨਾ ਕਰਦੇ ਹਾਂ ਕਿ ਉਹਦੀ ਵੀ ਉਹ ਵੀ ਜਿਹੜਾ ਆ ਪਰਮਾਤਮਾ ਉਹਦੀ ਵੀ ਸਿਹਤਿਆਬੀ ਕਰੇ ਉਹਦੀ ਵੀ ਅਸੀਂ ਚੰਗੀ ਦੁਆਗ ਮੰਗਦੇ ਆ ਥੋੜੀ ਵੀ ਚੰਗੀ ਦੁਆਗ ਮੰਗਦੇ ਆ ਇਹ ਮੈਂ ਜਸਵਿੰਦਰ ਬਰਾੜ ਜੀ ਨੂੰ ਕਹਿ ਰਿਹਾ ਸੀ ਮੈਂ ਇਹ ਵੀ ਕਹਿਤਾ ਮੈਂ ਕਹਾਂ ਕਿ ਉਹ ਹਾਲਾਂਕਿ ਸਾਨੂੰ ਬਹੁਤਾ ਲਾਈਕ ਨਹੀਂ ਕਰਦਾ ਪਰ ਅਸੀਂ ਕਦੇ ਟਾਰਗੇਟ ਕਰਕੇ ਜਾਂ ਸਾਡੇ ادارے ਦੇ ਵੱਲੋਂ ਕਦੇ ਵੀ ਅਸੀਂ ਹਮੇਸ਼ਾ ਖਬਰ ਨੂੰ ਖਬਰ ਦੇ ਤੌਰ ਤੇ ਲਿਆ ਹੁਣ ਜੇ ਉਹ ਦਿਨ ਫੜਿਆ ਗਿਆ ਉਹਦਾ ਟ੍ਰੈਫਿਕ ਪੁਲਿਸ ਨੇ ਚਲਾਨ ਕੀਤਾ ਤਾਂ ਅਸੀਂ ਤਾਂ ਸਵਾਲ ਕਰਾਂਗੇ ਨਾ ਕਿ ਜਿਸ ਬੰਦੇ ਨੂੰ ਪੁਲਿਸ ਲੱਭ ਰਹੀ ਹੈ ਜਿਹੜੇ ਬੰਦੇ ਤੇ ਪਰਚਾ ਦਰਜ ਹੈ ਉਹ ਬੰਦਾ ਪੁਲਿਸ ਉਹ ਬੰਦਾ ਪੁਲਿਸ ਦੇ ਅੜਿੱਕੇ ਆ ਕੇ ਵੀ ਬਾਹਰ ਨਿਕਲ ਰਿਹਾ ਤਾਂ ਤੁਸੀਂ ਐਟ ਦਾ ਐਂਡ ਤੇ ਲਾਅ ਆਫ ਦਾ ਲੈਂਡ ਚ ਰਹਿੰਦੇ ਹੋ ਕਿ ਨਹੀਂ ਰਹਿੰਦੇ ਮੈਨੂੰ ਇਹ ਦੱਸੋ ਤੁਸੀਂ ਜਿੰਨੇ ਲੋਕ ਹੋ ਜਿਹੜੇ ਤੁਸੀਂ ਅੱਤਬਾਈ ਸਿਰਾਬਾਈ ਐਂਡ ਬਾਈ ਵਾਲੇ ਹੋ ਨਾ ਮੈਂ ਅੱਜ ਨਾ 골ਡੀ ਪੀਪੀ ਮਿਲਿਆ ਸੀ ਤੇ ਅਸੀਂ ਇਕੱਠੇ ਗੱਲਾਂ ਕਰੀ ਜਾਂਦੇ ਸੀ ਮੈਂ ਉਹਨੂੰ ਕਹਿ ਰਿਹਾ ਸੀ ਮੈਂ ਕਿਹਾ ਸਭ ਤੋਂ ਵੱਧ ਬਚਾ 골ਡੀ ਵੀਰ ਅੱਤਬਾਈ ਐਂਡ ਬਾਈ ਸਿਰਾਬਾਈ ਵਾਲਿਆਂ ਤੋਂ ਹੈ ਸਭ ਤੋਂ ਵੱਧ ਆ ਇੱਕ ਪੈਗ ਆਲਾ ਹੋਰ ਲਿਖਿਆ ਹੈ ਬਾਈ ਜੀ ਪੈਗ ਲੱਗਿਆ ਹੋਇਆ ਆ ਮੇਰਾ ਵੀਰ ਮੈਂ ਆਪਦੇ ਸਟੂਡੀਓ 'ਚ ਬੈਠਾ ਆਦਾਰੇ ਦੇ ਉਹ ਸ਼ਰਮ ਕਰਿਆ ਕਰੋ ਯਾਰ ਇਹੋ ਜੀਆਂ ਗੱਲਾਂ ਬੋਲਦੇ ਹੋਏ ਮੇਰੇ ਮੈਂ ਹੁਣੇ ਦੱਸ ਕੇਟਾ ਮੇਰੀ ਰੂਟ ਕਨਾਲ ਅੱਜ ਹੋਈ ਆ ਤਾਂ ਮੇਰੇ ਉਹ ਜਿਹੜਾ ਉਹ ਆ ਸ਼ਰਮ ਕਰਿਆ ਕਰੋ ਪੈਗ ਪੁੱਗ ਵਾਲੀਆਂ ਗੱਲਾਂ ਜਿਹੜੇ ਜਿੱਦੈ ਉਹ ਤੁਹਾਡਾ ਜਿਹੜਾ ਦੋਸਤ ਹੈ ਉਹ ਉਮਰਾ ਨੰਗਲ ਵਾਲੇ ਮੇਲੇ ਦੀ ਉਹਦੀ ਵੀਡੀਓ ਚੱਕ ਕੇ ਦੇਖੋ ਤੁਸੀਂ ਉਮਰਾ ਨੰਗਲ ਵਾਲੇ ਮੇਲੇ ਦੀ ਉਹਦੀ ਵੀਡੀਓ ਚੱਕ ਕੇ ਦੇਖੋ ਕਿ ਉਹ ਬੰਦੇ ਦੇ ਪੈਗ ਲੱਗੇ ਕਿ ਨਹੀਂ ਲੱਗੇ ਹੋਏ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਇਹ ਗੱਲਾਂ ਮੈਂ ਨਹੀਂ ਬੋਲਣਾ ਚਾਹੁੰਦਾ ਸੀ ਇਹ ਗੱਲਾਂ ਉਹ ਬਹੁਤ ਵੱਡਾ ਸਟਾਰ ਹੈ ਉਹ ਬਹੁਤ ਵੱਡੀ ਚੀਜ਼ ਹੈ ਮੈਂ ਕੁਝ ਵੀ ਨਹੀਂ ਗਾ ਮੈਨੂੰ 10 ਬੰਦੇ ਵੀ ਨਹੀਂ ਜਾਣਦੇ ਪਰ ਜਦੋਂ ਤੁਸੀਂ ਆ ਬਕਵਾਸ ਕਰ ਦਿੰਦੇ ਹੋ ਨਾ ਯਾਰ ਪੈਗ ਲੱਗੇ ਫਲਾਣ ਮੈਂ ਸਟੂਡੀਓ ਚ ਬੈਠਾ ਯਾਰ ਹੱਲੇ ਆਾਰੇ ਚ ਆਪਦੇ ਦਫ਼ਤਰ ਚ ਆ ਮੈਂ ਇੱਥੇ ਤੁਸੀਂ ਇਹੋ ਜੀ ਸੋਚ ਰੱਖ ਕੇ ਆ ਆ ਦੇਖ ਦੀਪ ਪੰਦੇਰ ਇਹ ਲੋਕ ਨੇ ਜਿਹੜੇ ਬੈਗ ਲੱਗਿਆ ਫਲਾਨਾ ਲੱਗਿਆ ਆ ਕੀਤਾ ਉਹ ਕੀਤਾ ਸਟੂਡੀਓ ਚ ਬੈਠੇ ਆ ਯਾਰ ਅਸੀਂ ਪੁੱਛਦੇ ਆ ਯਾਰ ਇੰਨਾ ਕੈਮਰਿਆਂ ਨੂੰ ਆ ਮਾਈਕ ਨੂੰ ਇੰਨਾ ਆ ਟ੍ਰਾਈਪੋਡ ਪਏ ਅਸੀਂ ਪੁੱਛਦੇ ਆ ਯਾਰ ਇਹਨਾਂ ਚੀਜ਼ਾਂ ਨੂੰ ਅਸੀਂ ਆਪਦਾ ਪੈਰ ਨਹੀਂ ਲੱਗਣ ਦਿੰਦੇ ਕਦੇ ਮਾਈਕ ਦੇ ਉੱਤੇ ਟ੍ਰਾਈਪੋਡ ਦੇ ਉੱਤੇ ਕੈਮਰੇ ਤੇ ਜੇ ਗਲਤੀ ਨਾਲ ਸਾਡਾ ਪੈਰ ਲੱਗ ਲੇ ਲੱਗ ਜੇ ਤੇ ਅੱਜ ਵੀ ਜਿਵੇਂ ਛੋਟੇ ਹੁੰਦੇ ਅਸੀਂ ਕਾਪੀ ਨੂੰ ਮੱਥੇ ਨਾਲ ਲਾਉਂਦੇ ਸੀ ਅਸੀਂ ਓਵੇਂ ਨੂੰ ਮੱਥੇ ਨਾਲ ਲਾਈਦਾ ਫੜ ਕੇ ਉਹ ਮੇਰੇ ਤੇ ਕੁਐਸਚਨ ਤੁਸੀਂ ਕਰ ਰਹੇ ਹੋ ਹਨਾ ਵੀ ਤੂੰ ਐ ਹੋਇਆ ਉਹ ਹੋਇਆ ਤੁਸੀਂ ਕਦੇ ਜਿਹਨੂੰ ਤੁਸੀਂ ਰੋਲ ਮਾਡਲ ਮੰਨ ਰਹੇ ਹੋ ਕਦੇ ਕੁਐਸਚਨ ਕੀਤਾ ਕਿ ਤੈਨੂੰ ਅਸੀਂ ਰੋਲ ਮਾਡਲ ਮੰਨਦੇ ਆਂ ਤੂੰ ਸ਼ਰਾਬ ਪੀ ਕੇ ਸਟੇਜ ਤੇ ਕਿਉਂ ਚੜ ਜਾਣਾ ਇੱਕ ਬੰਦਾ ਜਿਹਦੇ ਤੇ ਪਰਚਾ ਦਰਜ ਹੋਵੇ ਲਾਅ ਆਫ ਦਾ ਲੈਂਡ ਉਹ ਤੁਸੀਂ ਤੁਸੀਂ ਆਪਦੇ ਵਾਲਾ ਆਪਦੇ ਪਰਿਵਾਰ ਨੂੰ ਜਾ ਕੇ ਪੁੱਛੋ ਕਿ ਜੇ ਤੁਹਾਡੇ ਤੇ ਕੋਈ ਪਰਚਾ ਦਰਜ ਹੋ ਜੇ ਔਰ ਪੁਲਿਸ ਤੁਹਾਨੂੰ ਕਿੰਨੇ ਕ ਦਿਨ ਤੁਹਾਨੂੰ ਐ ਛੱਡ ਦੂਗੀ মিডিਆ ਵੱਲੋਂ ਇਹ ਸਵਾਲ ਕਰਨਾ মিডিਆ ਵੱਲੋਂ ਇਹ ਪੁੱਛਣਾ ਕਿ ਕੀ ਪਈ ਤੇਰੇ ਤੇ ਪਰਚਾ ਦਰਜ ਹੋਇਆ ਤੇ ਪੁਲਿਸ ਤੈਨੂੰ ਕਿਉਂ ਨਹੀਂ ਫੜ ਰਹੀ ਇਹ ਫੇਕ ਨਿਊਜ਼ ਹੋਗੀ ਸਾਰਾ ਪੰਜਾਬ ਦਾ ਮੀਡੀਆ ਇਹ ਗੱਲ ਪੁੱਛ ਰਿਹਾ ਹੈ ਕਿ ਪੰਜਾਬ ਦੀ ਪੁਲਿਸ ਇਸ ਗੱਲ ਦਾ ਜਵਾਬ ਦੇਵੇ ਕਿ ਕੀ ਕਹਿੰਦੇ ਆ ਕਿ ਜਿਹੜਾ ਬੰਦਾ ਜਿਹਦੇ ਤੇ ਪਰਚਾ ਦਰਜ ਹੈ ਏਕੇ ਸੰਤਾਲੀਆਂ ਉਹ ਬੰਦਾ ਉੱਥੇ ਚਲਾ ਰਿਹਾ ਹੈ ਜੇ ਇਹ ਸਵਾਲ ਕਰਨਾ ਇਹ ਫੇਕ ਨਿਊਜ਼ ਹੋਗੀ ਇਸ ਗੱਲ ਦਾ ਜਵਾਬ ਵੀ ਤਾਂ ਦੇ ਦਿਓ ਨਾ ਤੁਸੀਂ ਫੈਨ ਫੈਨ ਕਰਕੇ ਸਾਰੀ ਦਿਹਾੜੀ ਅੱਤ ਬਾਈ ਐਂਡ ਬਾਈ ਸਿਰਾ ਬਾਈ ਇਹ ਕੋਈ ਉੱਥੇ ਜਾ ਕੇ ਜਕਾਰੇ ਲਾ ਰਿਹਾ ਯਾਰ ਤੁਸੀਂ ਕਰੋ ਸਾਨੂੰ ਕੋਈ ਇੰਨੇ ਗਾਇਕ ਹੋਰ ਪੰਜਾਬ ਦੇ ਵਿੱਚ ਹੋਇਆ ਸ਼ੈਰੀਮਾਨ ਹੈ ਉਹ ਵੀ ਸ਼ਰਾਬ ਤੇ ਮੁੰਡਾ ਗੀਤ ਗਾਉਂਦਾ ਹੈ ਬੱਬੂ ਮਾਨ ਇੰਨਾ ਬਲੰਟਲੀ ਬੋਲਦਾ ਹੈ ਲੋਕਾਂ ਦੇ ਖਿਲਾਫ ਲੇਕਿਨ ਅੱਜ ਤਾਈਂ ਉਹਦੇ ਬਾਰੇ ਕੋਈ ਇਹੋ ਜਿਹਾ ਸ਼ਬਦ ਕਿਉਂ ਨਹੀਂ ਬੋਲਦਾ ਬੱਬੂ ਮਾਨ ਬਾਰੇ ਕਿਸੇ ਨੇ ਕਿਉਂ ਨਹੀਂ ਕੁਝ ਕਹਤਾ ਹੋਰ ਬਹੁਤ ਸਾਰੇ ਸਿੰਗਰਜ਼ ਨੇ ਮਾਨ ਸਾਹਿਬ ਦਾ ਐਡਾ ਵੱਡਾ ਇਸ਼ੂ ਹੋਇਆ ਗੁਰਦਾਸ ਮਾਨ ਸਾਹਿਬ ਦਾ ਐਡਾ ਵੱਡਾ ਇਸ਼ੂ ਹੋਇਆ ਗੁਰਦਾਸ ਮਾਨ ਸਾਹਿਬ ਲਾਈਵ ਹੋ ਕੇ ਪੱਟਾ ਤੇ ਹੱਥ ਮਾਰ ਕੇ ਇਹ ਕਹਿੰਦੇ ਫਿਰਦੇ ਸੀ ਤੁਹਾਡਾ ਜਵਾਈ ਆ ਫਿਰਦਾ ਹੈ ਕਰ ਲਓ ਜੋ ਕੁਝ ਕਰਨਾ ਹੈ ਜਾਂ মিডিਆ ਨੂੰ ਬੋਲਦੇ ਫਿਰਦੇ ਸੀ ਉਸੇ মিডিਆ ਨੇ ਗੁਰਦਾਸ ਮਾਨ ਸਾਹਿਬ ਨੂੰ ਵੀ ਸਵਾਲ ਕੀਤੇ ਜਦੋਂ ਉਹਨਾਂ ਤੇ ਸਵਾਲ ਆਏ ਉਸੇ মিডিਆ ਨੇ ਬੱਬੂ ਮਾਨ ਵਾਲੀਆਂ ਵੀ ਖਬਰਾਂ ਲਾਈਆਂ ਸੀ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਇਸ਼ੂ ਹੋਇਆ ਸੀ ਜਦੋਂ ਗੀਤ ਆਇਆ ਸੀ ਆਡੀ ਗੀਤ ਆਇਆ ਸੀ ਉਸੇ মিডিਆ ਨੇ ਸਾਰਿਆਂ ਨੂੰ ਸਵਾਲ ਕੀਤੇ ਨੇ ਹਮੇਸ਼ਾ ਸਵਾਲ ਕਰਤੇ ਹੈ ਔਰ ਸਭ ਤੋਂ ਸੌਫਟ ਟਾਰਗੇਟ ਮੀਡੀਆ ਵਾਲੇ ਬੰਦੇ ਆ ਅਸੀਂ ਲੋਕ ਆ ਸਭ ਤੋਂ ਸੌਫਟ ਟਾਰਗੇਟ ਆ ਯਾਰ ਅਸੀਂ ਮੈਂ ਨਿੱਜੀ ਤੌਰ ਤੇ ਦੱਸਦਾ ਜਦੋਂ ਆਪਣੇ ਪਹਿਲਾ ਅੰਮ੍ਰਿਤਸਰ ਹਾਦਸਾ ਹੋਇਆ ਜਿਹੜਾ ਜਿਸ ਦਿਨ ਦੁਸ਼ਹਿਰਾ ਸੀਗਾ ਤੇ ਮੇਰਾ ਉਦੋਂ ਨਵਾਂ ਨਵਾਂ ਵਿਆਹ ਹੋਇਆ ਸੀਗਾ ਥੋੜੇ ਤੋਂ 1-2 ਮਹੀਨੇ ਅਜੇ 2-3 ਮਹੀਨੇ ਵਿਆਹ ਨੂੰ ਹੋਏ ਸੀ ਦੁਸ਼ਹਿਰਾ ਆ ਗਿਆ ਪਹਿਲੀ ਦੀਵਾਲੀ ਆਉਣੀ ਸੀਗੀ ਤੇ ਅਸੀਂ ਸਾਰਾ ਪਰਿਵਾਰ ਮੈਂ ਲੁਧਿਆਣੇ ਰਹਿੰਦਾ ਮੇਰੇ ਘਰ ਦੇ ਮੇਰੇ ਤੋਂ ਦੂਰ ਰਹਿੰਦੇ ਨੇ ਮੇਰੀ ਜੰਪਲ ਮਲੋੜਦੀ ਹੈ ਤੇ ਉਹ ਸਾਰੇ ਅਸੀਂ ਇਕੱਠੇ ਹੋਣਾ ਸੀਗਾ ਚਲੋ ਪਰਿਵਾਰ ਇਕੱਠੇ ਹੋਣਾ ਪਹਿਲਾ ਤਿਉਹਾਰ ਆਉਣਾ ਹੁੰਦਾ ਹੀ ਹੈ 7:00 ਵਜੇ ਦਾ ਟਾਈਮ ਸੀ ਸਾਢੇ 6:00 ਪਾਉਣੇ 7 ਦਾ ਜਦੋਂ ਹਾਦਸਾ ਹੁੰਦਾ ਹੈ ਤੇ ਫੋਨ ਆ ਗਿਆ ਦਫ਼ਤਰੋਂ ਕਿ 10 ਮਿੰਟਾਂ ਦੇ ਵਿੱਚ ਯੂਨਿਟ ਲੈ ਕੇ ਤੇ ਅੰਮ੍ਰਿਤਸਰ ਮੂਵ ਹੋ ਜਾਓ ਉਹ ਅਸੀਂ ਤਿਆਰੀ ਤਿਆਰੀ ਕਰੀ ਬੈਠੇ ਸੀ ਵੀ ਚਲੋ ਸਾਰਾ ਪਰਿਵਾਰ ਇਕੱਠੇ ਹੋਣਾ ਹੈ ਜੀ ਤੇ ਮੈਂ ਆਪਦੇ ਮਦਰ ਨੂੰ ਦੱਸਿਆ ਵੀ ਮੰਮਾ ਮੈਂ ਜਾਣਾ ਕਿ ਅੰਮ੍ਰਿਤਸਰ ਹਾਦਸਾ ਹੋ ਗਿਆ ਤੇ ਉਹ ਕਹਿੰਦੇ ਕੀ ਗੱਲ ਹੋ ਗਈ ਇੰਨੇ ਨੂੰ ਟੀਵੀ ਲਾਇਆ ਜਸ ਤੇ ਦੇਖਿਆ ਵੀ 100 ਬੰਦਾ ਕਿਤੇ ਲਿਖਿਆ ਆ ਰਿਹਾ ਕਿਤੇ ਕਿ ਨੈਸ਼ਨਲ ਨਿਊਜ਼ ਸੀਗੀ ਤਾਂ ਨਿਕਲਣਾ ਪਿਆ ਉਸੇ ਵੇਲੇ ਰੋਟੀ ਵੀ ਨਹੀਂ ਖਾਧੀ ਬਾਈ ਜੀ ਰੋਟੀ ਰਾਤ ਜਾ ਕੇ ਉੱਥੋਂ ਫੜੀ ਵੀ ਉੱਥੇ ਟਾਈਮ ਲੇਟ ਹੋ ਜਾਣਾ ਕਿਉਂਕਿ ਪਹੁੰਚਣਾ ਸੀਗਾ ਰਿਪੋਰਟਿੰਗ ਸੀ ਪੂਰੀ ਰਾਤ ਦੋ ਕਿ ਤਿੰਨ ਰਾਤਾਂ ਦਿਨ ਰਾਤ ਅਸੀਂ ਉੱਥੇ ਠਾਕੁਰ ਅਮਨਦੀਪ ਮੁੰਡਾ ਚੰਡੀਗੜ੍ਹੋਂ ਸਾਡਾ ਕਲੀਗ ਆ ਗਿਆ ਤੇ ਅਸੀਂ ਵਾਰੀ ਸਿਰ ਵਾਰੀ ਵਾਰੀ ਕਰਕੇ ਦੋ ਘੰਟੇ ਕੋਈ ਸੌਂ ਗਿਆ ਨਹੀਂ ਸੁੱਤਾ ਦਿਨ ਰਾਤ ਅਸੀਂ ਕੰਮ ਕੀਤਾ ਸਾਰਿਆਂ ਦੇ ਜਵਾਬ ਦੇਉ ਜਿਹੜੇ ਆ ਇੱਕ ਰਾਹੁਲ ਅਰੋੜਾ ਜੀ ਵੀ ਸਾਰਿਆਂ ਨੂੰ ਬਾਈ ਜੀ ਤੁਹਾਨੂੰ ਜਵਾਬ ਦੇਣਾ ਕੱਲੀ ਕੱਲੀ ਗੱਲ ਦਾ ਅੱਜ ਬਹੁਤ ਸੌਫਟ ਟਾਰਗੇਟ ਹੁੰਦਾ ਹੈ মিডিਆ ਬਹੁਤ ਹੀ ਸੌਫਟ ਟਾਰਗੇਟ ਹੈ ਮਿੰਟ ਲਾਉਣੀਓ ਤੁਸੀਂ ਯਾਰ ਕਮੈਂਟ ਕਰਨ ਤੇ ਮਿੰਟ ਲਾਉਣੀਓ ਤੁਸੀਂ ਬੋਲਣ ਤੇ ਮਿੰਟ ਲਾਉਣੇ ਹੋ ਤੁਸੀਂ ਕੁਛ ਨਾ ਕੋਈ ਦੋਸ਼ ਲਾਉਂਦੇ ਆ ਜਿਵੇਂ ਹੁਣ ਲਿਖੀ ਜਾਂਦੇ ਸੀਗੇ ਉਸ ਤੋਂ ਬਾਅਦ ਦੱਸਦਾ ਹੜ ਆਏ ਭਾਈ ਜੀ ਤੁਸੀਂ ਹੜਾ ਵਾਲੀ ਰਿਪੋਰਟਿੰਗ ਦੀਆਂ ਸਾਡੇ ਪੂਰੇ ادارے ਦੇ ਕੱਲੇ ਕੱਲੇ ਬੰਦਾ ਰਣਵੀਰ ਰਾਣਾ ਮੈਂ ਮੰਦੀਪ ਕੌਰ ਸੰਧੂ ਸੁਮਨ ਜੇਤਲੀ ਕੱਲੇ ਕੱਲੇ ਬੰਦੇ ਦੀ ਰਿਪੋਰਟਿੰਗ ਚੱਕੋ ਸਾਡੀ ਸਿਰਫ ਅਸੀਂ ਮੈਂ ਨਹੀਂ ਆਵਦੇ ਧਾਰੇ ਦੀ ਨਹੀਂ ਤੁਸੀਂ ਕਿਸੇ ਵੀ ਅਦਾਰੇ ਦੀ ਚੱਕੋ ਨਪਿੰਦਰ ਬਰਾੜ ਦੀਆਂ ਨਿਊਜ਼ 18 ਦੀਆਂ ਤੁਸੀਂ ਉਦੋਂ ਦੀਆਂ ਰਿਪੋਰਟਿੰਗ ਚੱਕੋ ਅਮਨ ਬਰਾੜ ਇਸ ਦੁਨੀਆ ਚ ਨਹੀਂ ਰਿਹਾ ਇੰਨੇ ਇੰਨੇ ਪਾਣੀ ਦੇ ਵਿੱਚੋਂ ਮੁੰਡਾ ਵੜਿਆ ਹੋਇਆ ਸੀ ਹਰੇਕ ਬੰਦੇ ਦੀ ਤੁਸੀਂ ਰਿਪੋਰਟ ਚੱਕੋ ਆ ਬਾਈ ਇੱਕ ਹੋਰ ਕੁਝ ਲਿਖੀ ਜਾਂਦਾ ਮੈਂ ਸਾਰੀ ਗੱਲਾਂ ਦਾ ਜਵਾਬ ਦਿੰਨਾ ਚਮਚਾਗਿਰੀ ਫਲਾਨਾ ਟਮਕਾ ਸਾਰੀਆਂ ਗੱਲਾਂ ਦਾ ਜਵਾਬ ਦੇ ਰਿਆਂ ਬਾਈ ਜੀ ਟੀ ਆਰ ਪੀ ਸਿੱਧੂ ਆ ਡੌਲਿਆਂ ਵਾਲਾ ਭੇਜ ਰਿਹਾ ਜਿਹੜਾ ਸਿੱਧੂ ਇਹ ਬਾਈ ਲਵਪ੍ਰੀਤ ਸਿੰਘ ਮੋਢਲ ਬਾਈ ਜੀ ਆਪਦਾ ਪਛੋਕੜ ਵੀ ਲਿਖ ਕੇ ਭੇਜੋ ਕੀ ਕਰਦੇ ਹੋ ਕੀ ਨਹੀਂ ਕਰਦੇ ਪੜ੍ਹਾਈ ਕੀ ਕੀਤੀ ਹੈ ਅੱਗੇ ਪਰਿਵਾਰ ਕਿਵੇਂ ਚੱਲਦਾ ਹੈ ਤੁਹਾਡਾ ਸਾਰੀਆਂ ਗੱਲਾਂ ਇਹਨਾਂ ਵੱਲ ਵੀ ਧਿਆਨ ਦੇ ਦਿਆ ਕਰੋ ਮੈਂ ਕੋਈ ਸਿੱਧੂ ਦੇ ਅਗੇਂਸਟ ਵਾਲੀ ਗੱਲ ਜਾਂ ਕੋਈ ਮੈਨੂੰ ਲੋੜ ਨਹੀਂ ਮੈਂ ਕੋਈ ਏਡਾ ਵੱਡਾ ਬੰਦਾ ਨਹੀਂਗਾ ਪਰ ਇਹ ਚੀਜ਼ਾਂ ਬਹੁਤ ਫੈਕਟਰ ਕਾਊਂਟ ਕਰਦੇ ਆ ਹੜ ਆਏ ਬਾਈ ਜੀ ਉੱਥੇ ਹੜਾਂ ਦੇ ਵਿੱਚ ਦਿਨ ਰਾਤ ਹਰ ਬੰਦੇ ਨੇ ਕੰਮ ਕੀਤਾ ਕੈਮਰਾਮੈਨ ਤੋਂ ਲੈ ਕੇ ਪੂਰੇ ਯੂਨਿਟਸ ਫਤਿਹਵੀਰ ਪਿਛਲੇ ਸਾਲ ਇਹਨਾਂ ਦਿਨਾਂ 'ਚ 6 ਦਿਨ ਉੱਥੇ ਲੋਕ ਮਿੰਟ ਮਾਰਦੇ ਤੁਹਾਨੂੰ ਤਾਂ ਜੀ ਟੀਆਰਪੀ ਦੀ ਪਈ ਐ ਸਾਡਾ ਕੋਈ ਜੀ ਨਹੀਂ ਕਰਦਾ ਹੁੰਦਾ ਆਪਦਾ ਪਰਿਵਾਰ ਛੱਡ ਕੇ ਅਸੀਂ ਜਾਈਦਾ ਦਿਨ ਰਾਤ ਉੱਥੇ ਰੋਟੀ ਪਾਣੀ ਭੁੱਖੇ ਧਿਆਏ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਰੋਟੀ ਮਿਲਣੀ ਕਿ ਨਹੀਂ ਮਿਲਣੀ ਆ ਤਨੇਰ ਸਾਹਿਬ ਵਾਲਾ ਬਰਨਾਲੇ ਲੱਗਿਆ ਜਦੋਂ ਮੋਰਚਾ ਜਿਹੜਾ ਉਹਨਾਂ ਦੀ ਸਜ਼ਾ ਮਾਫ ਕਰਾਉਣ ਵਾਲਾ ਕਿੰਨੇ ਦਿਨ ਉੱਥੇ মিডিਆ ਦਿਨ ਰਾਤ ਉੱਥੇ ਲੋਕਾਂ ਨੇ ਕੰਮ ਕੀਤਾ ਬਹੁਤ ਸਾਰੇ ਬਟਾਲੇ ਵਾਲਾ ਹਾਦਸਾ ਹੋਇਆ ਐਡਾ ਵੱਡਾ ਬਟਾਲੇ ਜਿਹੜਾ ਪਟਾਕਾ ਫੈਕਟਰੀ ਦਾ ਹਾਦਸਾ ਹੋਇਆ ਤਾਂ ਦਿਨ ਰਾਤ ਉੱਥੇ ਬੰਦਾ ਕੰਮ ਕਰਦਾ ਜਾ ਕੇ ਇੱਕ ਇੱਕ ਮਿੰਟ ਜਿਹੜਾ ਸਾਡਾ ਉੱਥੇ ਸਿਰਫ ਇਸ ਫੋਕਸ ਵੱਲ ਹੁੰਦਾ ਕਿ ਅਸੀਂ ਆਵਾਜ਼ ਚੁੱਕੀਏ ਅਸੀਂ ਧੱਕੇਸ਼ਾਹੀ ਦੇ ਖਿਲਾਫ ਹੈ ਸਾਰਾ মিডিਆ ਇੱਕ ਇੱਕ ਬੰਦਾ ਉੱਥੇ ਜਾ ਕੇ ਕੰਮ ਕਰਦਾ ਔਰ ਇੱਕ ਸਕਿੰਟ ਲੱਗਦਾ ਤੁਹਾਨੂੰ ਕਮੈਂਟ ਦੇ ਵਿੱਚ ਇਹ ਲਿਖਣ ਨੂੰ ਚੰਗਾ ਮਾੜਾ ਜਾਂ ਕੁਝ ਵੀ ਗੱਲ ਜਿਹੜੀ ਬੋਲ ਦਿੰਨੇ ਹੋ ਜਾਂ ਫालतू ਬੋਲ ਦਿੰਨੇ ਹੋ ਤੁਸੀਂ ਤੁਹਾਡੇ ਨਾਇਕ ਕੌਣ ਬਣਨੇ ਆ ਤੁਸੀਂ ਇਹ ਤੈਅ ਕਰ ਲਓ ਕਿ ਤੁਸੀਂ ਸ਼ਰਾਬ ਪੀ ਕੇ ਪੱਟਾ ਤੇ ਥਾਪੀਆਂ ਮਾਰਨ ਵਾਲੇ ਗੀਤਾਂ ਦੀ ਤਾਂ ਮੈਂ ਗੱਲ ਨਹੀਂ ਕਰ ਰਿਹਾ ਮੈਂ ਕਦੇ ਵੀ ਉਹਦੇ ਗੀਤਾਂ ਦੇ ਉੱਤੇ ਬਹੁਤ ਸਾਰੇ ਕੁਐਸਚਨ ਨਹੀਂ ਕੀਤੇਗੇ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਵੀ ਚੱਕਵੇਂ ਗੀਤ ਗਾਉਣ ਵਾਲੇ ਗਾਇਕ ਪੰਜਾਬ ਦੇ ਵਿੱਚ ਆਉਂਦੇ ਰਹੇ ਆ ਗੀਤ ਹਮੇਸ਼ਾ ਹੀ ਚੱਲਦੇ ਰਹਿੰਦੇ ਆ ਔਰ ਇਹਨੂੰ ਬਹੁਤਾ ਬਦਲ ਨਹੀਂ ਸਕਦੇ ਪਰ ਗੱਲ ਵਰਤਾਰੇ ਦੀ ਹੁੰਦੀ ਕਿ ਤੁਹਾਡਾ ਵਰਤਾਰਾ ਕਿਹੋ ਜਿਹਾ ਸਮਾਜ ਦੇ ਵਿੱਚ ਕਿ ਤੁਸੀਂ ਕਿਹੋ ਜਿਹਾ ਵਰਤਾਰਾ ਰੱਖਣਾ ਤੁਸੀਂ ਆਪਦੀ ਛਵੀ ਤੁਹਾਡੀ ਗੁਰਦਾਸ ਮਾਨ ਨੇ ਵੀ ਬਹੁਤ ਸਾਰੇ ਐਸੇ ਗੀਤ ਗਾਏ ਹੋਣਗੇ ਜਿਹੜੇ ਕੌਂਟਰੋਵਰਸ਼ੀਅਲ ਨੇ ਪਰ ਕੀ ਗੁਰਦਾਸ ਮਾਨ ਇੱਕ ਇੱਕ ਗੱਲ ਗੁਰਦਾਸ ਮਾਨ ਨੇ ਆਪਦੇ 40 ਸਾਲ ਦੇ ਕੈਰੀਅਰ ਚ ਗਲਤ ਕਰਤੀ ਉਹ 32 ਵਾਲੀ ਗੱਲ ਤੇ ਤੁਸੀਂ ਗੁਰਦਾਸ ਮਾਨ ਨੂੰ ਇਹ ਦੱਸਤਾ ਵੀ ਅਸੀਂ ਇਹ ਗੱਲ ਸਹਿਨ ਨਹੀਂ ਕਰਨੀ ਔਰ ਇੱਕ ਬੰਦਾ ਦਿਨ ਰਾਤ ਉਹ ਤੁਹਾਨੂੰ ਕੁਛ ਵੀ ਬੋਲਦਾ ਹੈ ਕੁਛ ਵੀ ਕਹਿੰਦਾ ਹੈ ਕੁਛ ਵੀ ਕਰਦਾ ਹੈ ਔਰ ਤੁਸੀਂ ਅੱਤ ਬਾਈ ਸਿਰਾ ਬਾਈ ਐਂਡ ਬਾਈ ਤੋਂ ਅੱਗੇ ਕਦੇ ਨਹੀਂ ਵੱਧਦੇ ਤੁਹਾਡੀ ਮਰਜ਼ੀ ਹੈ ਤੁਸੀਂ ਕਿਹਨੂੰ ਨਾਇਕ ਬਣਾਉਣਾ ਤੁਸੀਂ ਭਗਤ ਸਿੰਘ ਨੂੰ ਭਗਤਪੂਰਨ ਸਿੰਘ ਨੂੰ ਨਾਇਕ ਬਣਾਉਣਾ ਹੈ ਬਾਬਾ ਦੀਪ ਸਿੰਘ ਨੂੰ ਨਾਇਕ ਬਣਾਉਣਾ ਹੈ ਬੰਦਾ ਸਿੰਘ ਬਹਾਦਰ ਨੂੰ ਨਾਇਕ ਬਣਾਉਣਾ ਹੈ ਜਾਂ ਫਿਰ ਕਿਸੇ ਹੋਰ ਲੋਕਾਂ ਨੂੰ ਨਾਇਕ ਬਣਾ ਕੇ ਐਂਡ ਬਾਈ ਸਿਰਾ ਬਾਈ ਕਰਦੇ ਰਹਿਣਾ ਤੁਹਾਡੀ ਮਰਜ਼ੀ ਹੈ ਤੁਹਾਡੇ ਤੇ ਹੈ ਕੋਈ ਖੋਹ ਨਹੀਂ ਲਊਗਾ ਤੁਹਾਡੇ ਤੋਂ ਪਰ ਐਟ ਲੀਸਟ ਤੁਸੀਂ ਜਦੋਂ ਕਮੈਂਟ ਕਰਦੇ ਹੋ ਜਾਂ ਬੋਲਦੇ ਹੋ ਕੁਛ ਵੀ ਕਹਿ ਜਾਨਨੇ ਹੋ ਤੁਸੀਂ ਉਦੋਂ ਜ਼ਰਾ ਇੱਕ ਸੋਚ ਲਿਆ ਕਰੋ ਕਿ ਤੁਹਾਡਾ ਆਪਣਾ ਕੰਟਰੀਬਿਊਸ਼ਨ ਆਪਦੀ ਪੀੜ੍ਹੀ ਥੱਲੇ ਇੱਕ ਵਾਰ ਛੋਟਾ ਮਾਰ ਲਿਆ ਕਰੋ ਤੁਹਾਡਾ ਆਪਣਾ ਕੰਟਰੀਬਿਊਸ਼ਨ ਕੀ ਹੈ ਤੁਹਾਡਾ ਆਪਣਾ ਸੁਸਾਇਟੀ ਪ੍ਰਤੀ ਕੰਟਰੀਬਿਊਸ਼ਨ ਕੀ ਹੈ ਕੋਈ ਬਹੁਤੀਆਂ ਤਨਖਾਵਾਂ ਨਹੀਂ ਲੈ ਰਹੇ ਦੋਸਤ ਮੇਰੇਓ ਜਿਹੜੇ ਮੀਡੀਆ ਦੇ ਵਿੱਚ ਕੰਮ ਕਰ ਰਹੇ ਲੋਕ ਨੇ ਬਹੁਤ ਔਖੇ ਪਰਿਵਾਰ ਪਾਲਦੇ ਆ ਬੰਦੇ ਆਪਦਾ ਘਰ ਛੱਡ ਕੇ 200 ਕਿਲੋਮੀਟਰ ਤੇ ਪਹਿਲਾਂ ਦਿੱਲੀ ਰਹਿੰਦੇ ਰਹੇ ਆ ਹੁਣ ਇੱਥੇ ਰਹਿੰਦੇ ਰਹੇ ਆ ਆਪ ਦਾ ਘਰ ਛੱਡ ਕੇ ਮਾਪਿਓ ਨੂੰ ਮਿਲੇ ਕਈ ਕਈ ਦਿਨ ਹੋ ਜਾਂਦੇ ਆ ਸਾਨੂੰ ਮੇਰੀ ਮਦਰ ਢਿੱਲੇ ਸੀਗੇ ਮੈਂ ਮੈਨੂੰ ਪਤਾ ਮੇਰੇ ਤੇ ਕੀ ਬੀਤਦੀ ਰਹੀ ਐ ਵੀ ਉਹ ਉੱਥੇ ਉਹਨਾਂ ਨੂੰ ਮੇਰੀ ਲੋੜ ਸੀਗੀ ਤੇ ਮੈਂ ਉੱਥੇ ਜਾ ਨਹੀਂ ਸਕਦਾ ਸੀ ਕਿਉਂਕਿ ਮੈਂ ਆਪਦੀ ਜੌਬ ਐ ਮੈਂ ਸਵੇਰੇ ਆ ਕੇ ਆ ਉਂਗਲ ਲੱਗਦੀ ਐ 5 ਹੁੰਦਾ ਐ ਦਫ਼ਤਰ ਦਾ ਸ਼ਾਮ ਨੂੰ 5 ਆਊਟ ਹੁੰਦਾ ਹੁਣ ਸਵਾ 9 ਹੋ ਚੱਲਿਆ ਹੁਣ 5 ਆਊਟ ਹੋਊਗਾ ਤਾਂ ਤਾਂ ਜਾ ਕੇ ਦਿਹਾੜੀ ਕਾਊਂਟ ਹੋਊਗੀ ਵੀ ਅੱਜ ਦੇ ਦਿਨ ਅਸੀਂ ਕੰਮ ਕਰਕੇ ਗਏ ਆ ਜੌਬ ਕਰਨੀ ਕੰਮ ਕਰਨਾ ਕੋਈ ਸੌਖਾ ਨਹੀਂ ਹੈ ਔਰ ਮੀਡੀਆ ਦੀ ਜੌਬ ਦੇ ਵਿੱਚ ਤੁਹਾਨੂੰ ਕੋਈ ਸਮੇਂ ਦਾ ਨਹੀਂ ਪਤਾ ਤੁਸੀਂ ਰਾਤ ਨੂੰ ਦਿਨ ਨੂੰ ਰਾਤ ਦੇ 12 ਵਜੇ ਕੋਈ ਹਾਦਸਾ ਹੋ ਗਿਆ ਉੱਠ ਕੇ ਜਾਣਾ ਪੈਣਾ ਕੈਮਰਾਮੈਨ ਨੂੰ ਵੀ ਜਾਣਾ ਪੈਣਾ ਮੈਨੂੰ ਵੀ ਆ ਬਾਕੀ ਵੀ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਚਾਹੇ ਉਹ ਮਨਦੀਪ ਹੈ ਇੱਕ ਦਿਨ ਮਨਦੀਪ ਕੋਰ ਸੰਧੂ ਰਾਤ ਦੇ 10 ਵਜੇ ਜਲੰਧਰ ਰਿਪੋਰਟਿੰਗ ਕਰ ਰਹੀ ਸੀ ਉਹਦਾ ਮਜ਼ਾਕ ਬਣਾ ਕੇ ਰੱਖਤਾ ਇੱਕੋ ਕੁੜੀ ਹੈ ਧੀ ਹੈ ਉਹਦੇ ਵੀ ਮਾਪਿਓ ਨੇ ਉਹਦਾ ਵੀ ਭਰਾ ਹੈ ਤੁਸੀਂ ਉਹਦੇ ਬਾਰੇ ਪੁੱਠਾ ਸਿੱਧਾ ਬੋਲ ਰਹੇ ਹੋ ਸੁਮਨ ਕਿੰਨੇ ਵਾਰੀ ਕੰਮ ਕਰਦੀ ਬਹੁਤ ਸਾਰਾ ਬਕਵਾਸ ਜਿਹੜੀ ਉਹਦੇ ਬਾਰੇ ਕਰ ਦਿੱਤੀ ਜਾਂਦੀ ਹੈ ਪਰ ਤੁਸੀਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਪਹਿਲਾਂ ਤੁਸੀਂ ਦੱਸੋ ਕਿ ਤੁਹਾਡੀ ਕੰਟਰੀਬਿਊਸ਼ਨ ਕੀ ਹੈ ਜਿਹੜੇ ਫालतू ਬੋਲਣ ਵਾਲੇ ਆ ਤੁਸੀਂ ਤੁਸੀਂ ਕੀ ਚੰਗਾ ਕਰਦੇ ਹੋ ਸੁਸਾਇਟੀ ਦੇ ਪ੍ਰਤੀ ਚਲੋ ਮੰਨ ਲਿਆ ਵੀ ਜੇ 10 ਖਬਰਾਂ ਕੀਤੀਆਂ ਦੋ ਕੋਈ ٹی ਆਰ ਪੀ ਵਾਸਤੇ ਮੈਂ ਲਾਈਨਮੈਨ ਦੀ ਖਬਰ ਕੀਤੀ ਇੱਕ ਦਿਨ ਮੈਂ ਤੁਹਾਨੂੰ ਬੜੀ ਵਧੀਆ ਐਗਜ਼ਾਮਪਲ ਦਿਨਾ ਮੈਂ ਮੇਰੇ ਹੁਣ ਯਾਦ ਨਹੀਂ ਆ ਰਿਹਾ ਤੀਜੀ ਖਬਰ ਕਿਹੜੀ ਸੀਗੀ ਇੱਕ ਮੈਂ ਸਾਹਿਤਕ ਇੰਟਰਵਿਊ ਕੀਤਾ ਪਵਨਦੀਪ ਚੋਹਾਨ ਦੇ ਨਾਲ ਉਸ ਦਿਨ ਲਿਖਿਆ ਉਹਦਾ ਟਾਈਟਲ ਖਬਰਦਾਰ ਇਹ ਇੰਟਰਵਿਊ ਸਾਹਿਤਕ ਇੰਟਰਵਿਊ ਹੈ ਉਹਦੇ 19k ਵਿਊ ਸੀਗੇ ਫਿਰ ਉਸ ਤੋਂ ਬਾਅਦ ਲਾਈਨਮੈਨ ਦੀ ਖਬਰ ਸੀਗੀ ਕਿ ਲਾਈਨਮੈਨ ਜਿਹੜੇ ਆ ਉਹ ਸਹਾਇਕ ਲਾਈਨਮੈਨਾਂ ਨੂੰ ਤਾਰਾਂ ਤੇ ਚੜ੍ਹ ਦਿੱਤਾ ਜਾਂਦਾ ਹੈ ਹਾਈਪਰ ਟੈਨਸ਼ਨ 11000 ਵੋਲਟ ਵਾਲੀਆਂ ਤੇ ਜੋ ਕਿ ਉਹਨਾਂ ਦੀ ਜੌਬ ਨਹੀਂ ਹੈਗੀ ਔਰ ਮਹਿਕਮਾ ਜਿਹੜਾ ਨਵੇਂ ਬੰਦੇ ਭਰਤੀ ਨਹੀਂ ਕਰ ਰਿਹਾ ਅਰਥ ਕਰਨ ਵਾਲੀ ਸਟਿਕ ਨਹੀਂ ਮਹਿਕਮਾ ਰੱਖਦਾ ਇਹ ਸਾਰੀਆਂ ਗੱਲਾਂ ਮੈਂ ਕਰ ਰਿਹਾ ਸੀਗਾ ਔਰ ਉਹ ਉਹ ਖਬਰ ਹੋਈ ਉਹਦੇ ਆਏ ਕੋਈ 44000 ਵਿਊ 44000 ਵਿਊਜ਼ ਇੱਕ ਉਸ ਤੋਂ ਬਾਅਦ ਨਾ ਕੋਈ ਐਹੋ ਜੀ ਮਸਾਲੇ ਵਾਲੀ ਖਬਰ ਸੀਗੀ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਚੈੱਕ ਕਰਕੇ ਦੱਸਦਾ ਬਹੁਤ ਮਸਾਲੇ ਵਾਲੀ ਖਬਰ ਸੀਗੀ ਜਾਂ ਸਿੱਧੂ ਦੀ ਖਬਰ ਸੀ ਜਾਂ ਕੋਈ ਮਸਾਲੇ ਵਾਲੀ ਖਬਰ ਸੀਗੀ ਉਹਦੇ ਵਿਊਜ਼ ਪਾਰ ਕਰ ਗਏ 7-8 ਲੱਖ ਤੇ ਮੈਂ ਬੈਠਾ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਯਾਰ ਮੈਂ ਸਾਹਿੱਦ ਦੀ ਗੱਲ ਕੀਤੀ ਉਹ ਕਿਸੇ ਨੇ ਨਹੀਂ ਦੇਖੀ ਮੈਂ ਉਹਦੀ ਵੀ ਗੱਲ ਕੀਤੀ ਲਾਈਨਮੈਨ ਦੀ ਗੱਲ ਕੀਤੀ ਉਹਨਾਂ ਦੀ ਆਵਾਜ਼ ਚੁੱਕੀ ਉਹ ਕੱਲੇ ਲਾਈਨਮੈਨਾਂ ਦੇ ਮੈਨੂੰ ਫੋਨ ਆਏ ਕਿ ਚਲੋ ਬਾਤ ਮਿਹਰਬਾਨੀ ਜੀ ਤੁਸੀਂ ਸਾਡੀ ਆਵਾਜ਼ ਚੁੱਕੀ ਸਾਡੀ ਗਲਤੀ ਕੀਤੀ ਕਿ ਮੋਤਾਂ ਪੰਜਾਬ ਦੇ ਵਿੱਚ ਪਿਛਲੇ 15 ਦਿਨਾਂ ਚਾਰ ਮੋਤਾਂ ਹੋ ਗਈਆਂ ਜਿਹੜੇ ਸਹਾਇਕ ਲਾਈਨਮੈਨ ਤਾਰਾਂ ਤੇ ਚੜਾ ਦਿੱਤੇ ਜਾਂਦੇ ਪਿਛੋਂ ਤਾਰ ਛੱਡ ਦਿੱਤੀ ਜਾਂਦੀ ਹੈ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਤੁਸੀਂ ਆਪਣੇ ਆਪ ਨੂੰ ਵੀ ਇਨਟਰੋਸਪੈਕਟ ਕਰ ਲਓ ਵੀ ਤੁਸੀਂ ਦੇਖਦੇ ਕੀ ਪਏ ਹੋ ਤੁਸੀਂ ਟਿਕਟੌਕ ਦੇ ਉੱਤੇ ਕਿੰਨੇ ਇੱਕ ਸਮਾਜ ਦੇ ਮੁੱਦਿਆਂ ਨੂੰ ਸ਼ੇਅਰ ਕੀਤਾ ਹੋਣਾ ਹੈ ਤੁਸੀਂ ਕਿੰਨੀਆਂ ਇੱਕ ਸਮਾਜਿਕ ਚੀਜ਼ਾਂ ਨੂੰ ਸ਼ੇਅਰ ਕਰ ਦੁੱਤੇ ਆ ਜਾਂ ਤੁਸੀਂ ਸਾਇਹਤਕ ਪੁਆਇੰਟ ਆਫ View ਤੋਂ ਜਾਂ ਤੁਸੀਂ ਆਪਦੇ ਹੱਕ ਲੈਣ ਵਾਸਤੇ ਕਿੰਨੇ ਇੱਕ ਸਵਾਲ ਕਰਤੇ ਕਿ ਸਾਡੇ ਹੱਕ ਸਾਨੂੰ ਦਿੱਤੇ ਜਾਣ ਉਸ ਬਾਰੇ ਤੁਸੀਂ ਕਿੰਨੀ ਇੱਕ ਗੱਲ ਆਪ ਕਰ ਦਿੱਤੀ ਹੈ ਕੀ ਇਹ ਸਾਰਾ ਠੇਕਾ ਉਹਨਾਂ ਬੰਦਿਆਂ ਨੇ ਲਿਆ ਜੋ ਮਨ ਲਓ ਅਸੀਂ ਆ ਮੀਡੀਆ ਦੇ ਵਿੱਚ ਸਾਡਾ ਫਰਜ਼ ਹੈ ਸਾਡਾ ਪਹਿਲਾ ਕੰਮ ਹੀ ਹੈ ਕਿ ਤੁਹਾਡੀ ਆਵਾਜ਼ ਚੁੱਕਣੀ ਹੈ ਪਰ ਕੀ ਤੁਹਾਡਾ ਆਪਣਾ ਕੋਈ ਫਰਜ਼ ਨਹੀਂ ਹੈਗਾ ਅੱਧਾ ਮਿੰਟ ਲੱਗਦਾ ਤੁਹਾਨੂੰ ਕਮੈਂਟ ਦੇ ਵਿੱਚ ਪੁੱਠਾ ਸਿੱਧਾ ਲਿਖਣ ਨੂੰ ਤੁਸੀਂ ਆ ਉਹ ਤੁਸੀਂ ਚਾਪਲੂਸੀ ਕਰ ਦਿੰਦੇ ਹੋ ਫਲਾਨਾ ਕਰ ਦਿੰਦੇ ਹੋ ਪੱਤਰਕਾਰ ਦੀ ਸੈਕਰੀਫਾਈਸ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਸੈਕਰੀਫਾਈਸ ਹੈ ਉਹਦੀ ਕਿ ਉਹ ਦਿਨ ਰਾਤ ਕਿਵੇਂ ਸੈਲਫਲੈਸਲੀ ਕੰਮ ਕਰਦਾ ਹੈ ਮੈਂ ਕਮੈਂਟਸ ਵੀ ਰੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾਲ ਨਾਲ ਜੋ ਲਿਖਿਆ ਜਾ ਰਿਹਾ ਕਿ ਦਿਨ ਰਾਤ ਉਹ ਕਿੰਨੇ 셀ਫਲੈਸ ਤਰੀਕੇ ਦੇ ਨਾਲ ਉਹ ਆਪਣੀ ਜੌਬ ਕਰ ਰਿਹਾ ਤੁਸੀਂ ਕੇਅਰ ਨਹੀਂ ਕਰਦੇ ਇਸ ਗੱਲ ਦਾ ਕਦੇ ਤੁਹਾਨੂੰ ਧਿਆਨ ਨਹੀਂ ਰਹਿੰਦਾ ਔਰ ਤੁਸੀਂ ਨਾਇਕ ਆਪ ਦੇ ਕੌਣ ਚੂਜ਼ ਕਰ ਰਹੇ ਹੋ ਥੋਡੇ ਤੇ ਹੈ ਕਿ ਤੁਸੀਂ ਕੌਣ ਨਾਇਕ ਚੂਜ਼ ਕਰ ਰਹੇ ਹੋ ਕੋਈ ਫੇਕ ਨਿਊਜ਼ ਨਹੀਂ ਲਾਈਗੀ ਇੱਕ ਸਿੰਗਲ ਫੇਕ ਨਿਊਜ਼ ਤੁਸੀਂ ਦਿਖਾਓ ਕਿ ਆ ਫੇਕ ਨਿਊਜ਼ ਹੈ ਉਹ ਇੱਕ ਪੱਤਰਕਾਰ ਸਾਡਾ ਗਿਆ ਉਹਦੇ ਪਿੰਡ ਦੇ ਵਿੱਚ ਉਹ ਪਿੰਡ ਦੇ ਬੰਦਿਆਂ ਨੇ ਬੋਲਤਾ ਉਹ ਉਹ ਚਲਾਤਾ ਹੁਣ ਉਹ ਜਾਂ ਤਾਂ ਤੁਸੀਂ ਡਿਨਾਈ ਕਰ ਦੋ ਵੀ ਉਹ ਦੇ ਪਿੰਡ ਦੇ ਬੰਦੇ ਨਹੀਂ ਸੀਗੇ ਜਾਂ ਇਹ ਡਿਨਾਈ ਕਰ ਦੋ ਵੀ ਉਹਨਾਂ ਨੂੰ ਕੋਈ ਬੁਲਵਾਇਆ ਗਿਆ ਉਹ ਆਪ ਦੱਸਣ ਉਹ ਬੋਲੇ ਆ ਤਾਂ ਦੋਨਾਂ ਗੱਲਾਂ ਦੇ ਪੱਖ ਹੈ ਤਾਂ ਤੁਸੀਂ ਤੁਸੀਂ ਤੁਹਾਡੇ 'ਚ ਦਰਅਸਲ ਹਿੰਮਤ ਨਹੀਂ ਹੈਗੀ ਕਿ ਆਪਦੇ ਖਿਲਾਫ ਇੱਕ ਸ਼ਬਦ ਸੁਣੋ ਗੱਲ ਆ ਮੇਰੇ ਖਿਲਾਫ ਹੋਣਾ ਲਿਖੀ ਜਾਂਦੇ ਕਿ ਇਹਨੂੰ ਕੱਢਤਾ ਇਹਨੂੰ ਆਹ ਕਰਤਾ ਉਹ ਕਰਤਾ ਮੈਂ ਪੇਸ਼ੈਂਟਲੀ ਕਿੰਨੇ ਦਿਨ ਹੋ ਗਏ ਮੈਨੂੰ ਸੁਣਿਆ ਤਾਂ ਤੁਸੀਂ ਉਹ ਗੀਤ ਪਸੰਦ ਹੋਣੇ ਜਾਂ ਗੀਤਾਂ ਬਾਰੇ ਜ਼ਿਕਰ ਕਰਨਾ ਇੱਕ ਵੱਖਰਾ ਇਸ਼ੂ ਹੈ ਬਤੌਰ ਇੱਕ ਇਨਸਾਨ ਤੁਸੀਂ ਕੈਸੇ ਇਨਸਾਨ ਹੋ ਮੈਂ ਪੇਜ ਡਿਲੀਟ ਕਰਾ ਦੂੰਗਾ ਫਿਰ ਕੀ ਹੋ ਜੂਗਾ 400 ਬੰਦਾ ਕੰਮ ਕਰਦਾ ਇੱਥੇ ਉਹਨਾਂ ਦੀ ਨੌਕਰੀ ਚਲੀ ਜਾਊਗੀ ਫਿਰ ਤੈਨੂੰ ਬਹੁਤ ਖੁਸ਼ੀ ਮਿਲ ਜੂਗੀ ਕਰਾ ਦੇ ਹੋਰ ਬਣ ਜੂਗਾ ਇਹ ਕੋਈ ਚੰਨ ਤੋਂ ਲੈ ਕੇ ਆਉਣ ਵਾਲੀ ਚੀਜ਼ ਆ ਵੀ ਪੇਜ ਹੋਰ ਨਹੀਂ ਬਣ ਜੂ ਪੇਜ ਹੋਰ ਬਣ ਜੂਗਾ ਤਾਂ ਬਹੁਤ ਦਸ ਇਸ ਵੈਰੀ ਰੋਂਗ ਗੁਰਪ੍ਰੀਤ ਸੰਧੂ ਕਹਿ ਰਹੇ ਰਿਪਲਾਈ ਕਰੋ ਭਾਈ ਇਹ ਪੁੱਛੋ ਉੱਤੇ ਲੰਘਿਆ ਹੋਣਾ ਕਮੈਂਟ ਪੁੱਛ ਲਓ ਤੁਸੀਂ ਵੀ ਜਿਹੜੀ ਗੱਲ ਪੁੱਛਣੀ ਐ ਮੈਂ ਤੁਹਾਡੇ ਕਮੈਂਟ ਦੀ ਵੇਟ ਕਰ ਰਿਹਾ ਗੁਰਪ੍ਰੀਤ ਸੰਧੂ ਸਾਹਿਬ 4-400 ਕਿਲੋਮੀਟਰ ਟਰੈਵਲ ਹੋ ਜਾਂਦਾ ਬਾਈ ਜੀ ਸਵੇਰ ਦੇ 6 ਵਜੇ ਨਿਕਲੇ ਹੁੰਨੇ ਆ ਘਰੋਂ ਮੋਸਟਲੀ ਪੱਤਰਕਾਰ ਜਿਹੜੇ ਐ ਔਰ ਰਾਤ ਨੂੰ 10 ਵਜੇ ਆ ਹੁਣ ਜਾਵਾਂਗੇ ਘਰੇ ਦੇਖੋ 9:30 ਹੋਏ ਆ ਜੇ ਦਫ਼ਤਰ ਆ 10 ਵਜੇ ਘਰੇ ਵੜਾਂਗੇ ਰੋਟੀ ਪਾਣੀ ਖਾ ਕੇ ਕੋਈ ਆਪਦੇ ਪਰਿਵਾਰ ਨੂੰ ਮਿਲ ਕੇ ਸਵੇਰੇ ਫਿਰ 6 ਵਜੇ ਤੋਂ ਆਹੀ ਕੰਮ ਸ਼ੁਰੂ ਹੋ ਜਾਂਦਾ ਹਰ ਰੋਜ਼ ਦਿਨ ਰਾਤ ਇਹ ਬੰਦ ਨਹੀਂ ਹੁੰਦੀਆਂ ਖਬਰਾਂ ਕਦੇ ਬੰਦ ਨਹੀਂ ਹੁੰਦੀਆਂ ਆਪਦਾ ਪਰਿਵਾਰ ਵੀ ਦੇਖਣਾ ਆਪਦਾ ਸਿਸਟਮ ਹੈ ਸਾਰਾ ਕੁਝ ਪਿੱਛੇ ਛੱਡ ਦਈਦਾ ਘਰ ਦੇ ਕੇ ਅੱਜ ਮੇਰੀ ਮਦਰ ਨੂੰ ਮੈਂ ਮੋਗੇ ਲੈ ਕੇ ਜਾਣਾ ਸੀਗਾ ਢਿੱਲੇ ਸੀਗੇ ਮੇਰੇ ਫਾਦਰ ਵੀ ਢਿੱਲੇ ਨੇ ਉਹਨਾਂ ਦੀ ਵੀ ਤਬੀਅਤ ਠੀਕ ਨਹੀਂ ਰਹਿੰਦੀ ਮਦਰ ਦੀ ਵੀ ਤਬੀਅਤ ਠੀਕ ਨਹੀਂ ਰਹਿੰਦੀ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਕਿ ਤੂੰ ਕਾਰ ਚਲਾ ਕੇ ਲੈ ਕੇ ਜਾ ਕਿਉਂਕਿ ਮੈਂ ਡਿਊਟੀ ਤੇ ਆ ਅੱਜ ਮੈਂ ਇੰਟਰਵਿਊਜ਼ ਲਾਈਨ ਅਪ ਕੀਤੀਆਂ ਹੋਈਆਂ ਹੁਣ ਇਹ ਗੱਲਾਂ ਅਸੀਂ ਆ ਕੇ ਓਪਨਲੀ ਇਸ ਤਰ੍ਹਾਂ ਦੱਸ ਥੋੜੀ ਤੁਹਾਨੂੰ ਰੋਜ਼ ਤੁਹਾਡੇ ਕੋਈ ਦੁੱਖ ਥੋੜੀ ਰੋਣੇ ਆ ਅਸੀਂ ਆ ਕੇ ਵੀ ਆਹ ਗੱਲ ਹੈ ਜਾਂ ਇਸ ਤਰ੍ਹਾਂ ਜਾਂ ਸਾਡੇ ਪਰਿਵਾਰ ਚ ਤਾਂ ਇਹ ਚੀਜ਼ਾਂ ਚੱਲਦੀਆਂ ਪਈਆਂ ਮੇਰੀ ਮਾਂ ਠੀਕ ਨਹੀਂ ਹੈ ਜਾਂ ਮੇਰਾ ਪਿਓ ਠੀਕ ਨਹੀਂ ਹੈ ਔਰ ਉਹ ਮੁੰਡਾ ਗਿਆ ਨਾ ਸ਼ਸ਼ਾਂਤ ਉਹਦੀ ਮੌਤ ਹੋਈ ਹੈ ਉਸ ਤੋਂ ਬਾਅਦ ਮੈਂ ਇੱਕ ਦੋ ਵੀਡੀਓਜ਼ ਦੇਖੀਆਂ ਬੰਦੇ ਬਹੁਤ ਜ਼ਿਆਦਾ ਜਿਹੜੇ ਠੀਕ ਫੀਲ ਨਹੀਂ ਕਰ ਰਹੇ ਸੀਗੇ ਮੈਂ ਕਮੈਂਟਸ ਪੜ ਰਿਹਾ ਜੀ ਨਾਲ ਨਾਲ ਕਿੰਨੀਆਂ ਖਬਰਾਂ ਮੈਂ ਤੁਹਾਨੂੰ ਸੈਂਕੜੇ ਖਬਰਾਂ ਐਸੀਆਂ ਆ ਜਿਹੜੀਆਂ ਪਬਲੀਕਲੀ ਆਵਾਜ਼ ਬਣ ਕੇ ਅਸੀਂ ਚੱਕਦੇ ਆ ਕਦੇ ਕਿਸੇ ਬੰਦੇ ਨੇ ਉਹਦੇ ਬਾਰੇ ਕਦੇ ਨਹੀਂ ਗੱਲ ਕੀਤੀ ਕਦੇ ਵੀ ਨੈਵਰ ਤੁਸੀਂ ਯਾਰ ਆਹ ਖਬਰਾਂ ਹੁਣ ਟੀਆਰਪੀ ਐ ਜਾਂ ਉਹ ਐ ਉਹ ਪਾਰਟ ਆਫ ਜੌਬ ਹੁੰਦੀਆਂ ਆ ਅਦਾਰਿਆਂ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਔਰ ਸਿੱਧੂ ਮੂਸੇਵਾਲਾ ਜਾਂ ਕਿਸੇ ਵੀ ਗਾਇਕ ਦੇ ਅਗੇਂਸਟ ਕਿਸੇ ਅਦਾਰੇ ਦਾ ਜਾਂ ਕਿਸੇ ਦਾ ਕੀ ਸਗੋਂ ਜੇ ਉਹਦੇ ਹੱਕ ਦੀਆਂ ਜਾਂ ਉਹਦੇ ਸੋਲੇ ਕਰਨ ਲੱਗ ਜੋਂਗੇ ਤਾਂ ਸੰਤਾਂ ਵਿਊਜ਼ ਵੱਧ ਮਿਲਣੇ ਆ ਜਾਂ ਉਹਦੇ ਬਾਰੇ ਗੱਲ ਕਰਕੇ ਉਹਦੇ ਚੰਗੀ ਕਰਕੇ ਪ੍ਰੋਮੋਸ਼ਨ ਹੀ ਵੱਧ ਹੁੰਦੀ ਹੈ ਪਰ ਮੀਡੀਆ ਦਾ ਮਤਲਬ ਕਿਸੇ ਦੀ ਪ੍ਰੋਮੋਸ਼ਨ ਕਰਨਾ ਜਾਂ ਉਹਦੇ ਖਿਲਾਫ ਜਾਣਾ ਡੈਲੀਬਰੇਟਲੀ ਕੋਈ ਖਿਲਾਫ ਨਹੀਂ ਜਾਂਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਦਾ ਸੁਖਵੀਰ ਸਿੰਘ ਖਾਲਸਾ ਜੀ ਬਾਈ ਜੀ ਕੁਝ ਬੰਦਿਆਂ ਨੇ ਪਾਇਆ ਕਿ ਡੇਲੀ ਪੋਸਟ ਤੋਂ ਕੱਢਤਾ ਡੇਲੀ ਪੋਸਟ ਛੱਡ ਗਿਆ ਇਹੋ ਜੀਆਂ ਗੱਲਾਂ ਬਹੁਤ ਜ਼ਿਆਦਾ ਫਲਾ ਰਹੇ ਸੀ ਤਾਂ ਕਰਕੇ ਅੱਜ ਬਹੁਤ ਦਿਨਾਂ ਤੋਂ ਐਸਾ ਹੋ ਰਿਹਾ ਸੀ ਬਹੁਤ ਕਾਫੀ ਦਿਨ ਹੋ ਗਏ ਇਹ ਬਕਵਾਸ ਕੁਝ ਬੰਦੇ ਜਿਹੜੇ ਉਹ ਕਰ ਰਹੇ ਸੀਗੇ ਔਰ ਇਸ ਕਰਕੇ ਔਰ ਕੁਝ ਉਹ ਸਿੱਧੂ ਵਾਲਾ ਇਸ਼ੂ ਹੋਇਆ ਤਾਂ ਬਹੁਤ ਸਾਰੇ ਲੋਕ ਮੈਨੂੰ ਪਰਸਨਲੀ ਲਿਖ ਰਿਹਾ ਹੈ ਅਦਾਰੇ ਨੇ ਸਾਡੇ ਅਦਾਰੇ ਨੇ ਕਦੇ ਵੀ ਕਿਸੇ ਦੇ ਖਿਲਾਫ ਡੈਲੀਬਰੇਟਲੀ ਕੋਈ ਇੱਕ ਸਿੰਗਲ ਖਬਰ ਜਾਂ ਕੋਈ ਵੀ ਪੋਸਟ ਅਜ ਤੱਕ ਨਹੀਂ ਕੀਤੀ ਜੇ ਸਵਾਲ ਕਰਨਾ ਕਿ ਪੁਲਿਸ ਗ੍ਰਫਤਾਰ ਕਿਉਂ ਨਹੀਂ ਕਰ ਰਹੀ ਜੇ ਇਹ ਫੇਕ ਨਿਊਜ਼ ਹੈ ਤਾਂ ਫਿਰ ਸਾਰੀਆਂ ਹੀ ਫੇਕ ਨਿਊਜ਼ ਹੈ ਫਿਰ ਦੁਨੀਆ 'ਚ ਕੋਈ ਸਹੀ ਨਿਊਜ਼ ਹੁੰਦੀ ਨਹੀਂ ਹੈ ਕਿਉਂਕਿ ਉਹ ਤੁਹਾਨੂੰ ਸੂਟ ਨਹੀਂ ਕਰਦੀ ਜਿਹੜੇ ਲਾਅ ਆਫ ਦਾ ਲੈਂਡ ਹੈ ਕਿ ਨਹੀਂ ਹੈ ਤੁਸੀਂ ਦੱਸ ਦਿਓ ਰਜੇਦੀਪ ਬਾਈ ਜੀ ਕਹਿ ਰਹੇ ਇੱਕ ਦਿਨ ਖਬਰ ਅਗੇਂਸਟ ਲਾ ਦੋ ਤਾਂ ਲੋਕ ਕਹਿੰਦੇ ਵਿਗ ਗਿਆ ਹੱਕ ਚ ਸਮਝਾਵੇ ਤਾਂ ਕਹਿਣਗੇ ਆਪਣਾ ਬੰਦਾ ਹੈ ਜਿਵੇਂ ਕਈ ਦਾ ਲਾ ਦਿੰਦੇ ਆ ਤੇ ਨਾਲ ਹੀ ਦੂਜੀ ਧਿਰ ਨੂੰ ਕਹਿ ਦਿੰਦੇ ਆ ਕਿ ਉਧਰ ਵਿਗ ਗਿਆ ਸਾਡਾ ਕਰੈਕਟਰ ਅਸੈਸੀਨੇਟ ਕਰਨ ਲੱਗਦੇ ਬਿਲਕੁਲ ਠੀਕ ਹੈ ਬਾਈ ਜੀ ਮੈਂ ਐਗਜ਼ਾਮਪਲ ਦੇਣਾ ਮੇਰੀ ਇੱਕ ਨਾ ਕਲੀਗ ਇੱਕ ਖਬਰ ਕਰਕੇ ਆਈ ਮੈਂ ਹੁਣ ਉਹਦਾ ਨਾਂ ਨਹੀਂ ਲੈਣਾ ਉਹ ਮੇਰੀ ਕਲੀਗ ਇੱਕ ਖਬਰ ਕਰਕੇ ਆਈ ਰਜੇ ਬਾਜੀ ਤੇ ਔਰ ਖਬਰ ਕੀ ਸੀ ਇੱਕ ਲੇਡੀ ਨੇ ਆਪਦੇ ਹਸਬੈਂਡ ਦੇ ਉੱਤੇ ਦੋਸ਼ ਲਾਏ ਵੀ ਇਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਇਹ ਦਾਜ ਮੰਗਦਾ ਹੈ ਇਹ ਫਲਾਨਾ ਢਿਮਕ ਹੈ ਹੁਣ ਉਹਦਾ ਵਰਜਨ ਲੈ ਲਿਆ ਪਰ ਜਦੋਂ ਤੱਕ ਉਹਦੇ ਹਸਬੈਂਡ ਦਾ ਵਰਜਨ ਨਹੀਂ ਲਿਆ ਜਾਣਾ ਸੀਗਾ ਉਦੋਂ ਤੱਕ ਉਹ ਖਬਰ ਥੋੜੀ ਲਾ ਸਕਦੇ ਸੀ ਤਾਂ ਉਹ ਉਹ ਮੇਰੀ ਕਲੀਗ ਜਿਹੜੀ ਸੀ ਉਹਦੇ ਹਸਬੈਂਡ ਨੂੰ ਕਾਲ ਕਰ ਰਹੀ ਸੀ ਕੰਟੈਕਟ ਕਰ ਰਹੀ ਸੀ ਕਿ ਸਰ ਤੁਸੀਂ ਆਪਣਾ ਵਰਜਨ ਦਿਓ ਤੁਹਾਡੇ ਤੇ ਆ ਦੋਸ਼ ਲੱਗੇ ਆ ਉਹ ਬੰਦਾ ਜਵਾਬ ਨਹੀਂ ਦੇ ਰਿਹਾ ਸੀ ਰਿਪਲਾਈ ਨਹੀਂ ਕਰ ਰਿਹਾ ਸੀ ਤਾਂ ਐਡੀਟোরੀਅਲ ਪਾਲਿਸੀ ਦੇ ਤਹਿਤ ਹੁਣ ਆਪਾਂ ਨੂੰ ਪਤਾ ਹੈ ਬਤੌਰ ਪੱਤਰਕਾਰ ਅਸੀਂ ਇੱਕ ਧਿਰ ਦੀ ਖਬਰ ਨਹੀਂ ਲਾਉਂਦੇ ਦੋਨਾਂ ਧਿਰਾਂ ਦੀ ਗੱਲ ਸੁਣਦੇ ਆ ਤਾਂ ਉਹਨੂੰ ਕੁੜੀ ਨੂੰ ਕਹਤਾ ਕਿ ਤੂੰ ਅੱਜ ਵਾਸਤੇ ਹੋਲਡ ਕਰ ਲੈ ਜੇ ਕੱਲ ਵੀ ਇਹ ਬੰਦਾ ਤੈਨੂੰ ਰਿਪਲਾਈ ਨਹੀਂ ਕਰਦਾ ਤਾਂ ਆਪਾਂ ਐਟਲੀਸਟ ਤੇ ਮੈਂਸ਼ਨ ਕਰ ਦੇਾਂਗੇ ਵੀ ਅਸੀਂ ਦੂਜੀ ਧਿਰ ਨੂੰ ਕਾਲਸ ਕੀਤੀਆਂ ਉਹਦਾ ਸਬੂਤ ਹੈ ਉਸ ਬੰਦੇ ਨੇ ਰਿਪਲਾਈ ਨਹੀਂ ਕੀ ਤੌਰ ਪੁਲਿਸ ਦਾ ਵੀ ਵਰਜਨ ਲੈ ਲਨੇ ਆ ਜਿਨ੍ਹਾਂ ਨੇ ਇਹਦੇ ਤੇ ਕਾਰਵਾਈ ਜਿਹੜੀ ਹੈ ਉਹ ਜੋ ਸ਼ਿਕਾਇਤ ਦਰਜ ਕੀਤੀ ਹੈ ਉਹ ਓਵਰਨਾਈਟ ਜਿਹੜੀ ਹੈ ਉਹ ਖਬਰ ਹੋਲਡ ਹੋਈ ਕਿਉਂਕਿ ਅਗਲੇ ਦਿਨ ਕਰਨੀ ਸੀ ਉਹ ਜਿਹੜੀ ਲੇਡੀ ਸੀ ਅਗਲੇ ਦਿਨ ਸਵੇਰੇ ਕਾਲ ਕਰਕੇ ਉਹ ਫੋਨ ਕਰਕੇ ਗਲੀਗ ਨੂੰ ਕਹਿ ਰਹੀ ਹੈ ਜੀ ਤੂੰ ਦੂਜੇ ਪਾਸੋਂ ਵੇਖੀ ਤੂੰ ਤਾਂ ਖਬਰ ਲਾਈ ਨਹੀਂ ਅਜੇ ਤੈਨੂੰ ਕੀ ਲੋੜ ਹੈ ਉਹਨਾਂ ਨੂੰ ਪੁੱਛਣ ਦੀ ਤੂੰ ਉਹਨਾਂ ਨੂੰ ਕਿਉਂ ਦੱਸਦੀਆਂ ਵੀ ਮੈਂ ਇਹ ਗੱਲਾਂ ਬੋਲੀਆਂ ਸੋ ਜਰਨਲਿਜ਼ਮ ਦੇ ਐਥਿਕਸ ਵੀ ਹੈ ਇੱਕ ਮਿੰਟ ਲੱਗਿਆ ਕੈਰੈਕਟਰ ਅਸੈਸੀਨੇਸ਼ਨ ਕਰਨ ਤੇ ਜਰਨਲਿਜ਼ਮ ਦੇ ਐਥਿਕਸ ਹੈ ਭਾਈ ਇੱਕ ਪਾਸੇ ਦੀ ਗੱਲ ਨਹੀਂ ਸੁਣ ਸਕਦੇ ਔਰ ਕਾਨੂੰਨ ਦੇ ਉੱਤੇ ਵਿਸ਼ਵਾਸ ਹੈ ਚਾਹੇ ਉਹ ਸਿੱਧੂ ਹੈ ਚਾਹੇ ਕੋਈ ਬਰਾੜ ਹੈ ਤੇ ਚਾਹੇ ਕੋਈ ਮੱਕੜ ਹੈ ਤੇ ਚਾਹੇ ਕੋਈ ਵੀ ਹੈ ਚਾਹੇ ਕੋਈ ਕਾਲੜਾ ਹੈ ਤੇ ਚਾਹੇ ਕੁਮਾਰ ਹੈ ਤੇ ਚਾਹੇ ਸਿੰਘ ਹੈ ਕੋਈ ਵੀ ਹੈ ਜਿਸ ਬੰਦੇ ਦੇ ਉੱਤੇ ਇੱਕ ਆਮ ਬੰਦੇ ਤੇ ਪਰਚਾ ਦਰਜ ਹੋ ਜਾਂਦਾ ਅੱਧੇ ਮਿੰਟ ਚ ਪੁਲਿਸ ਜਾ ਕੇ ਫੜ ਲੈਂਦੀ ਏ ਉਸ ਬੰਦੇ ਨੂੰ ਕਿਸੇ ਆਮ ਬੰਦੇ ਦੇ ਉੱਤੇ ਪਰਚਾ ਦਰਜ ਹੈ ਉਸੇ ਵੇਲੇ ਸਾਰਾ ਟੱਬਰ ਵੀ ਚੱਕਿਆ ਜਾਂਦਾ ਹੈ ਤੇ ਜੇ ਸਵਾਲ ਕਰਤਾ মিডিਆ ਨੇ ਕਿ ਭਾਈ ਦੱਸੋ ਇਹ ਕਿ 47ਆਂ ਚਲਾਈਆਂ ਕਿਵੇਂ ਚਲਾਤੀਆਂ ਕੌਣ ਨੇ ਇਹਦੇ ਪਿੱਛੇ ਕੀ ਮੈਟਰ ਹੈ ਤੇ ਉਹਦੇ ਤੇ ਪਰਚਾ ਦਰਜ ਹੁੰਦਾ ਤੇ ਉਹ ਬੰਦਾ ਗ੍ਰਿਫਤਾਰ ਕਿਉਂ ਨਹੀਂ ਕੀਤਾ ਤਾਂ ਫੇਕ ਨਿਊਜ਼ ਹੈ ਜੀ ਇਹ ਇਹ ਬਹੁਤ ਫੇਕ ਨਿਊਜ਼ ਹੈ ਅੱਛਾ ਅੱਜੋ ਮੈਂ ਜਸਵਿੰਦਰ ਬਰਾੜ ਵਾਲੀ ਗੱਲ ਦਸੀ ਇਹਦੇ ਵਿੱਚੇ ਰਹਿ ਗਈ ਮੈਂ ਇੰਟਰਵਿਊ ਕੀਤਾ ਇੰਟਰਵਿਊ ਦੇ ਐਂਡ 'ਚ ਮੈਂ ਬੜਾ ਪੋਜ਼ਿਟਿਵਲੀ ਕਿਹਾ ਕਿ ਜਸਵਿੰਦਰ ਬਰਾੜ ਜੀ ਅਸੀਂ ਆਸ ਕਰਦੇ ਹਾਂ ਤੁਹਾਡਾ ਕੋਈ ਗੀਤ ਸਿੱਧੂ ਨਾਲ ਆ ਜਾਏ ਤੁਸੀਂ ਕਦੇ ਕਲੈਬੋਰੇਟ ਕਰੋ ਤਾਂ ਚੰਗੀ ਗੱਲ ਹੈ ਅਸੀਂ ਮੈਂ ਗੀਤਾਂ ਦੇ ਬਾਰੇ ਤਾਂ ਕਦੇ ਵੀ ਉਹਦੀ ਗੱਲ ਨਹੀਂ ਕੀਤੀ ਸੀਗੀ ਮੈਂ ਤਾਂ ਪਾਕਿਸਤਾਨ ਜਾ ਕੇ ਵੀ ਇਹ ਕਿਹਾ ਵੀ ਇੱਥੇ ਵੀ ਲੋਕ ਸਿੱਧੂ ਨੂੰ ਪਸੰਦ ਕਰਦੇ ਸੁਣਦੇ ਆ ਉਹਦੇ ਬਾਰੇ ਵੀ ਪੁੱਠਾ ਸਿੱਧਾ ਲਿਖਦਾ ਇੰਸਟਾ ਤੇ ਉਹਨੇ ਔਰ ਅੱਜ ਇੱਕ ਵੈਬ ਚੈਨਲ ਨੇ ਖਬਰ ਪਾ ਰੱਖੀ ਸੀ ਕਿ ادارے ਦਾ ਨਾਮ ਲਿਖ ਕੇ ਕਿ ਉਹਨਾਂ ਨੇ ਮੰਗੀ ਸਿੱਧੂ ਤੋਂ ਮਾਫੀ ਤੇ ਪੱਤਰਕਾਰ ਵੀ ਮੰਨ ਗਿਆ ਮੈਂ ਕਿੱਥੇ ਮਾਫੀ ਮੰਗ ਲਈ ਸਿਰਫ ਇਹ ਗੱਲ ਕਹੀ ਹੈ ਵੀ ਭਾਈ ਜੇ ਤੁਹਾਡਾ ਕੋਈ ਗੀਤ ਆਉਂਦਾ ਤਾਂ ਗੀਤ ਜਿਹੜਾ ਆ ਦੇਖੋ ਏਕੇ 47 ਐਂ ਚੱਲੂ ਬਲਵਿੰਦਰ ਸਿੰਘ ਘੁੰਨ ਬਲਵਿੰਦਰ ਭੁੱਲਰ ਘੁੰਨ ਸਭ ਠੀਕ ਹੈ ਬਾਈ ਜੀ ਚਲਾ ਲਓ ਚਲਾ ਲਓ ਫਿਰ ਚਲਾਈ ਜਾਇਓ ਏਕੇ 47 ਫਿਰ ਕਦੇ ਕੁਐਸਚਨ ਨਾ ਕਰਿਓ ਕਿਸੇ ਨੂੰ ਕਿਉਂਕਿ ਸ਼ਾਇਦ ਤੁਸੀਂ ਪਾਵਰਫੁੱਲ ਹੋਵੋਗੇ ਕਦੇ ਉਹਨਾਂ ਬੰਦਿਆਂ ਦੀ ਵੀ ਗੱਲ ਕਰ ਲਓ ਜਿਨ੍ਹਾਂ ਦੇ ਘਰਾਂ 'ਚ ਰੋਟੀ ਨਹੀਂ ਪੱਕਰੀ ਕਬੱਡੀ ਵਾਲਾ ਪਲੇਅਰ ਮਾਰ ਤੱਕ ਕਿਨੇ ਫੜਵਾਏ ਤੁਸੀਂ ਕਿੰਨੇ ਦਿਨ ਪੁਲਿਸ ਨੂੰ ਸਵਾਲ ਕੀਤਾ ਸੰਦੀਪ ਸਿੱਧੂ ਸਾਹਿਬ ਤੁਸੀਂ ਸ਼ਾਇਦ ਦੇਖਿਆ ਨਹੀਂ ਹੋਣਾ ਅਰਵਿੰਦਰ ਪੱਡਾ ਬਾਰੇ ਜਿੰਨੇ ਕੁਐਸਚਨ ਮੈਂ ਕੀਤੇ ਐ ਜਾਂ ਸਾਡੇ ادارے ਨੇ ਕੀਤੇ ਕਿਸੇ ਨੇ ਨਹੀਂ ਕੀਤੇ ਹੁਣੇ ਸੋ ਪਹਿਲਾਂ ਦੇਖ ਲਿਆ ਕਰੋ ਦੇਖਣ ਤੋਂ ਬਾਅਦ ਗੱਲ ਕਰਿਆ ਕਰੋ ਮੈਂ ਬੀਪੀ ਪੰਕਜ ਗੁਪਤਾ ਜੀ ਬੀਪੀ ਕਿਉ ਵਧਾਉਣਾ ਸੋ ਅ ਨਵੀ ਚਿੰਮਾ ਜੀ ਮੈਂ ਕੁਐਸਚਨ ਨਹੀਂ ਪੜ੍ਹਿਆ ਬਾਈ ਜੀ ਤੁਹਾਡਾ ਤੁਸੀਂ ਦੁਬਾਰਾ ਲਿਖ ਦਿਓ ਉੱਪਰ ਚਲਾ ਗਿਆ ਬਹੁਤ ਸਾਰੇ ਕਮੈਂਟਸ ਆ ਰਹੇ ਐ ਵੀਰ ਜੀਪ ਤੁਹਾਡੇ ਵੀ ਪੱਤਰਕਾਰ ਨੇ ਇੱਕ ਪਾਸੇ ਦਾ ਇੰਟਰਵਿਊ ਲਿਆ ਉਹਨੇ ਸਿੱਧੂ ਤੋਂ ਪੁੱਛਿਆ ਕੀ ਸਚਾਈ ਹੈ ਸਰਦਾਰ ਕਮਲਜੀਤ ਸਿੰਘ ਬਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਬੰਦੇ ਤੇ ਪਰਚਾ ਦਰਜ ਹੈ ਉਹ ਬੰਦਾ ਉਹਦਾ ਫੋਨ ਮਲਾਓ ਮੈਨੂੰ ਦੱਸੋ ਜਿਹੜਾ ਬੰਦਾ ਪਘੋੜਾ ਹੈ ਜਿਹਨੂੰ ਪੁਲਿਸ ਲੱਭ ਰਹੀ ਹੈ ਉਦੇ ਤੋਂ ਤੁਸੀਂ ਕੀ ਪੁੱਛੋਗੇ ਇੱਕ ਪਗੋੜੇ ਬੰਦੇ ਤੋਂ ਜਿਹਨੂੰ ਪੁਲਿਸ ਲੱਭ ਰਹੀ ਹੈ ਜਿਹੜਾ ਬੰਦਾ ਪੁਲਿਸ ਜਿਹੜੀ ਕਹਿ ਰਹੀ ਹੈ ਕਿ ਅਸੀਂ ਤਲਾਸ਼ ਕਰ ਰਹੇ ਆ ਉਹਦੀ ਉਹ ਬੰਦਾ ਉਹ ਬੰਦਾ ਕਾਨੂੰਨ ਦੀਆਂ ਨਜ਼ਰਾਂ 'ਚ ਤੇ ਮੀਡੀਆ ਦੀਆਂ ਨਜ਼ਰਾਂ ਦੇ ਵਿੱਚ ਉਹ ਮੁਲਜ਼ਮ ਹੀ ਐ ਉਹ ਚਾਹੇ ਕੋਈ ਆਰਟਿਸਟ ਹੋਵੇ ਚਾਹੇ ਕਿ ਕਿੱਡਾ ਵੱਡਾ ਹੀ ਕਿਰਦਾਰ ਹੋਵੇ ਉਹ ਚਲੋ ਬਹੁਤ ਵਧੀਆ ਗੱਲ ਹੈ ਜਿਹੜੇ ਲਿਖ ਰਹੇ ਏ ਕਿ 47 ਐਂ ਚਲੋ ਚਲਾਓ ਬਾਈ ਜੀ ਬਹੁਤ ਵਧੀਆ ਗੱਲ ਹੈ ਚਲਾਓ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਿਹਤ-ਆਪ ਰੱਖੇ ਔਰ ਮੈਂ ਸਿਰਫ ਇਹ ਦੱਸਣਾ ਸੀ ਕਿ ਮੈਂ ਇਸ ادارے ਦਾ ਹੀ ਹਿੱਸਾ ਮੈਂ ਅਦਾਰਾ ਛੱਡ ਕੇ ਕਿਤੇ ਨਹੀਂ ਗਿਆ ਔਰ ਜਿਹੜੇ ਫੇਕ ਗੱਲਾਂ ਕਰ ਰਹੇ ਆ ਜਿਹੜੇ ਆਹ ਹੈ ਫੇਕ ਗਲਤਾਂ ਅਸਲ ਫੇਕ ਗਲਤ ਆ ਹੈ ਜਿਹੜੇ ਚਲਾਤੀ ਵੀ ਅਦਾਰਾ ਛੱਡਤਾ ਇੱਕ ਨੇ ਕਹਤਾ ਕੱਢਤਾ ਇੱਕ ਨੇ ਇੱਕ ਨੇ ਲਿਖਿਆ ਅਨਿਲ अरोੜਾ ਕੋਈ ਅਮਰਿਤ ਸਰਦਾ ਲੱਤ ਮਾਰ ਕੇ ਕੱਢਿਆ ਜੀ ਵਧਾਈਆਂ ਭਾਈ ਤੋਸ਼ਿਆਂ ਦਾ ਡੱਬਾ ਫਾਇਲ ਕੇ ਤੋਂ ਤੈਨੂੰ ਮੰਗਾ ਕੇ ਮੈਂ ਭੇਜੂੰਗਾ ਤੇ ਰੱਖੀ ਆ ਆਪਦੇ ਕੋਲੇ ਖਾਈ ਸਾਰੇ ਪਰਿਵਾਰ ਨੂੰ ਖਵਾਈ ਤੈਨੂੰ ਬਹੁਤ ਮੁਬਾਰਕਾਂ ਜਿਸ ਦਿਨ ਕੋਈ ਛੱਡਿਆ ਜਾਂ ਕੀਤਾ ਉਹ ਵੀ ਤੈਨੂੰ ਦੱਸ ਦੂੰਗਾ ਸੂਰਜ ਸ਼ਰਮਾ ਭਾਈ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਥੈਂਕ ਯੂ ਕਮਲਜੀਤ ਭਾਈ ਜੀ ਸਵਾਲ ਉੱਤੇ ਟੱਪ ਗਿਆ ਦੱਸ ਦਿਓ ਫਿਰ ਤੁਸੀਂ ਕਹੋਗੇ ਜਵਾਬ ਨਹੀਂ ਦੇ ਕੇ ਗਿਆ ਦੱਸ ਦਿਓ ਮੈਂ ਮੈਂ ਵੇਟ ਕਰ ਲੈਣਾ ਥੋੜੀ ਜੀ ਇੱਕ ਪੋਸਟ ਨੂੰ ਕਿਹਾ ਜੇ ਲਾਈਨਮੈਨ ਨਾਲ ਹੀ ਹੈ ਸੁਨਾਮ ਦਾ ਲਾਈਨਮੈਨ ਅ ਕੱਲ ਉਹਦੀ ਮੌਤ ਹੋਈ ਹੈ ਨਵਦੀਪ ਇੱਕ ਫਾਜ਼ਲਕੇ ਦਾ ਲਾਈਨਮੈਨ ਮੁੰਡਾ ਜਿਹੜਾ ਉਹ ਮੇਰੇ ਖਿਆਲ 32 33 ਸਾਲ ਉਮਰ ਸੀਗੀ ਦੋ ਛੋਟੀਆਂ ਧੀਆਂ ਆ ਉਹਦੀਆਂ ਪਰਤੀ ਨਹੀਂ ਹੁੰਦੀ ਲਾਈਨਮੈਨਾਂ ਦੀ ਸਹਾਇਕ ਲਾਈਨਮੈਨ ਉਹਨਾਂ ਦੀ ਜੌਬ ਨਹੀਂ ਹੈ ਹਾਈਪਰ ਟੈਨਸ਼ਨ ਤਾਰਾਂ ਦੇ ਉੱਤੇ ਚੜ ਕੇ ਤੇ ਉੱਥੇ ਠੀਕ ਕਰਨੀਆਂ ਅਰਥਿੰਗ ਵਾਲੇ ਇਕਵਿਪਮੈਂਟ ਨਹੀਂ ਦਿੱਤੇ ਹੁੰਦੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਇੱਕ ਅੱਧੀ ਪੋਸਟ ਉਹਦੇ ਬਾਰੇ ਪਾ ਦਿਆ ਜੇ ਜੇ ਤੁਹਾਨੂੰ ਠੀਕ ਲੱਗੇ ਤਾਂ ਕਿ ਸਰਕਾਰ ਨੂੰ ਘੱਟੋ-ਘੱਟੇ ਸਵਾਲ ਤੁਸੀਂ ਵੀ ਕਰ ਲਓ ਕਿ ਲਾਈਨਮੈਨ ਜਿਹੜੇ ਆ ਸਹਾਇਕ ਲਾਈਨਮੈਨ ਉਹਨਾਂ ਦਾ ਕਸੂਰ ਦੱਸ ਦਿਓ ਕੀ ਹੈ ਰੋਜ਼ ਮੋਤਾਂ ਹੋਈ ਜਾਂਦੀਆਂ ਉਹਨਾਂ ਦੀਆਂ ਇਹ ਸਵਾਲ ਵੀ ਕਰ ਲਿਓ